मैं थोड़ा हर्जा तो हरेक मंडे 7 बजे तुसी तो मैं आपस में गल्ला करांगे साड़ी कम्यूनिटी दियाँ साड़े बच्चों दियाँ साड़े बाहर रहिंदे NRI दियाँ साड़े देश दियाँ तो जो अजकल दे इशू हैगे सानू अफेक्ट कर दे उन्हां दियाँ सो लेट्स टॉक विद हरजा एक बार फिर थोड़ा स्वागत है तो शो च वेलकम है ढेसी साहब तुसी एक चीज दिखा ली अपने गाने जो मैं कदे नहीं देखी तुसी कुड़ियां दी कबड्डी दिखा ली है हुंदी ते मैं काफी देख के खुश भी होया के एक कुड़ी क्योंकि बंदे दी कबड्डी तो सारे हुण दिखा दे कुड़ियां दी कबड्डी थोड़े माइंड च किद्दां इक दिखा मेरा कहिंदा क्योंकि अजकल जिहड़े मॉडर्न जमाना है कुड़ियां हरेक फील्ड दे विच मुंडिआं नालों अगे आ मतलब बराबर तो हैगी हैगीआं ना किहड़ा फील्ड रख लो प्रधानमंत्री कुड़ी इमीग्रेशन में सब तो ज्यादा अगे आ जिन्ने भी मंगाउण वालियां अगे हुंदा सी कि चाचा मैनू मंगा ला ताया मैनू मंगा ला ओ मामा मैनू मंगा ला हुण नहीं हुण पंजाब भूआ मासी मंगा ला मैनू इन्नी कुछ करना चाची मंगा जिन्नियां भी साडे को स्पॉन्सर आ 80% फीमेल होनियां ਇਹਦਾ ਮਤਲਬ ਵੀ ਇਮੀਗ੍ਰੇਸ਼ਨ ਵਿੱਚ ਜੂ ਨੰਬਰ ਲੈ ਗਈਆਂ ਫੀਮੇਲ ਨਾ ਜੂ ਕੋ ਇਹਦਾ ਮਤਲਬ ਵੀ ਕੁੜੀਆਂ ਐਡਵਾਂਸ ਹੋ ਗਈਆਂ ਫਿਰ ਹਾਂਜੀ ਵੀ ਮਤਲਬ ਅੱਗੇ ਤਾਂ ਉਨੀ ਵੀ ਜਿੱਦਾਂ ਵੀ ਆਪਾਂ ਸਮਝਦੇ ਸੀ ਜਿੱਦਾਂ ਆਮ ਹੀ ਕਹਿੰਦੇ ਸੀ ਇਹ ਤਾਂ ਪੈਰ ਦੀ ਜੁੱਤੀ ਸਮਝ ਜਾਂਦੀ ਸੀ ਅੱਗੇ ਨਾ ਵਕੀਲ ਦੇ ਜਾਣਾ ਹਾਂਜੀ ਬੁੜੀ ਨੂੰ ਤਾਂ ਦੱਸਣਾ ਬਣੀ ਬੰਦਿਆਂ ਨੇ ਜਾਣਾ 5-6 ਨੇ ਟਾਈਆਂ ਲਾ ਕੇ ਜਿੱਦਾਂ ਜਨੇਤੇ ਚੱਲੇ ਹੁੰਦੇ ਚੱਲ ਵਕੀਲ ਨੂੰ ਮਿਲੇ ਸਲਾਹ ਲੈ ਜੀ ਹੁਣ ਸਾਡੇ ਕੋਲ ਬੁੜੀਆਂ ਹੋਣੀਆਂ ਆ ਮੈਂ ਤੁਹਾਡੇ ਪ੍ਰੋਗਰਾਮ ਤੇ ਸੁਣਦਾ ਨਾ ਜਿਆਦਾ ਫੋਨ ਆਉਂਦੇ ਬੀਬੀਆਂ ਦੇ ਬੀਬੀਆਂ ਦੇ ਫੋਨ ਆਉਂਦੇ ਬੀਬੀ ਸਪਾਂਸਰ ਬਣਾ ਕੇ ਆਪਣੇ ਭਤੀਜੇ ਨੂੰ ਮੰਗਾ ਕੇ ਫੇਕ ਬੰਦੇ ਨੂੰ ਤਾਂ ਪਤਾ ਉਦੋਂ ਲੱਗਦਾ ਜਦੋਂ ਏਅਰਪੋਰਟ ਨੂੰ ਹੱਕ ਦਿੰਦੀ ਕਿ ਜਾ ਵੀ ਹੁਣ ਲਿਆ ਆ ਗਿਆ ਮਿੰਦੂ ਆ ਗਿਆ ਲਿਆ ਉਹਨੂੰ ਏਅਰਪੋਰਟ ਤੋਂ ਉਹ ਬੰਦਾ ਆਲ ਦੁਆਲੇ ਦੇਖ ਰਿਹਾ ਕਿ ਆ ਕੀ ਹੋਇਆ ਇਹ ਕਦੋਂ ਹੋ ਗਿਆ ਤੇ ਫਿਰ ਕੁੜੀਆਂ ਸਾਰੇ ਫੀਲਡ ਦੇ ਵਿੱਚ ਗਈਆਂ ਕਿਉਂਕਿ ਤੇ ਜਦੋਂ ਮੈਂ ਇੱਕ ਜਦੋਂ ਇੱਥੇ ਨਸ਼ਿਆਂ ਦਾ ਪਹਿਲਾਂ ਖਿਡਾਰੀਆਂ 'ਚ ਬੜਾ ਰੌਲਾ ਪਿਆ ਸੀ ਤੁਹਾਨੂੰ ਪਤਾ ਹੀ ਹੈ ਨਾ ਤੇ ਅੱਜ ਕੱਲ੍ਹ ਆ ਬਹੁਤ ਡਰੱਗ ਨਸ਼ੇ ਜਦੋਂ ਕਬੱਡੀ ਖਿਡਾਰੀ ਕਰਨ ਲੱਗ ਪਏ ਸੀ ਨਾ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਐਤਕੀ ਬੜਾ ਵਧੀਆ ਪ੍ਰਬੰਧ ਕੀਤਾ ਵੀ ਜਿਹੜੇ ਨਹੀਂ ਨਸ਼ੇ ਕਰਦੇ ਆ ਉਹ ਆਈ ਨਹੀਂ ਸਕਦੇ ਖੇਡੇ ਨਹੀਂ ਸਕਦੇ ਉਹਨਾਂ ਦੇ 1 ਸਾਲ ਦੀ ਪਾਬੰਦੀ ਲਾ ਦਿੱਤੀ ਸੀ ਨਾ ਐਤਕੀ ਉਹ ਫੜ ਫੁੜ ਵੀ ਹੋਇਆ ਨਹੀਂ ਉਹ ਪਿਓ ਆਏ ਨਹੀਂ ਭਾਜੀ ਅੱਛਾ ਆਏ ਉਹ ਰਿਜ਼ਲਟ ਜਿਹੜਾ ਉਹਨਾਂ ਨਾਲ ਆਏ ਸੀ ਤੇ ਪਤਾ ਲੱਗ ਗਿਆ ਸੀ ਪੋਜ਼ਿਟਿਵ ਆ ਗਿਆ ਸੀ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਬਿਲਕੁਲ ਪਾਬੰਦੀ ਲਾ ਦਿੱਤੀ ਉਹ ਖੇਡ ਨਹੀਂ ਸਕਦੇ ਟੂਰਨਾਮੈਂਟ ਕੈਨੇਡਾ ਵੀ ਜਿੱਤੇ ਅਮਰੀਕਾ ਵੀ ਉਹ ਘਰ ਬੈਠੇ ਆ ਮੈਂ ਤੁਹਾਨੂੰ ਇਸ ਚੀਜ਼ ਦੀ ਪ੍ਰਭਾਵ ਦੱਸਦਾ ਕਿੰਨੀ ਅਸਰ ਪਿਆ ਜਦੋਂ ਇਹ ਖਬਰ ਲੱਗੀ ਨਾ ਕਿ ਅਜੀਤ ਵਿੱਚ ਤੁਹਾਡੇ ਦੇਸ਼ ਪ੍ਰਦੇਸ਼ ਚ ਫੈਲੀ ਕਿ ਵਰਲਡ ਉਸੇ ਵੇਲੇ ਕੈਨੇਡਾ ਵਾਲਿਆਂ ਨੇ ਵੀ ਕਿਹਾ ਹੁਣ ਅਸੀਂ ਵੀ ਆ ਕੰਮ ਕਰਨਾ ਆ ਸਭ ਤੋਂ ਪਹਿਲਾਂ ਇੰਗਲੈਂਡ ਵਾਲਿਆਂ ਨੇ ਸ਼ੁਰੂ ਕੀਤਾ ਇਹ ਤਾਂ ਵਧਾਈ ਵਾਲੀ ਗੱਲ ਹੈ ਕਿ ਡਰੱਗ ਟੈਸਟਿੰਗ ਪਹਿਲਾਂ ਇੰਗਲੈਂਡ ਵਾਲਿਆਂ ਨੇ ਕੀਤੀ ਕਿਉਂਕਿ ਭਈ ਸਭ ਤੋਂ ਪਹਿਲਾਂ ਖੁਸ਼ੀ ਦੀ ਗੱਲ ਤਾਂ ਇਹ ਵੀ ਹੈ 1973 ਦੇ ਵਿੱਚ ਪਹਿਲਾ ਜਿਹੜਾ ਕਬੱਡੀ ਟੂਰਨਾਮੈਂਟ ਹੋਇਆ ਸੀ ਹੋਇਆ ਵੀ ਇੰਗਲੈਂਡ 'ਚ ਹੀ ਸੀ ਅੱਛਾ ਤੇ ਉਹ ਮੇਰਾ ਖਿਆਲ ਹੈ ਵੀ ਉਹ ਤੇ ਜਾ ਕੇ ਤਾਂ ਬਹੁਤ ਲੇਟ ਸ਼ੁਰੂ ਟੂਰਨਾਮੈਂਟ ਹੋਏ ਆ ਤੇ ਇੱਥੇ ਤਾਂ ਮੇਰਾ 65-66 ਵੀ ਹੋ ਗਏ ਮੇਰਾ ਭਲੇ 64-65 ਇੱਥੇ ਤੱਕ ਹਾਂਜੀ ਹਾਂਜੀ ਹੋ ਗਏ ਸੀ ਤੇ ਇਸ ਕਰਕੇ ਫਿਰ ਮੈਂ ਜਦੋਂ ਪੰਜਾਬ ਗਿਆ ਤਾਂ ਮੈਂ ਕਬੱਡੀ ਦੇ ਬੜੇ ਮੈਚ ਦੇਖੇ ਆ ਤੇ ਮੇਰੇ ਦਿਮਾਗ 'ਚ ਇਹੀ ਗੱਲ ਆਉਂਦੀ ਹੁੰਦੀ ਸੀ ਵੀ ਕੁੜੀਆਂ ਦੀ ਜਿਹੜੀ ਗੱਲਬਾਤ ਆ ਕਬੱਡੀ 'ਚ ਕਿੱਦਾਂ ਕੀਤੀ ਜਾਵੇ ਕਿਉਂਕਿ ਉੱਦਾਂ ਤਾਂ ਗੱਲ ਬਣਦੀ ਨਾ ਸੀ ਕਬੱਡੀ ਦੇ ਵਿੱਚ ਕਿਉਂ ਕੁੜੀਆਂ ਦੀ ਵੱਖਰੀ ਸੀਗੀ ਹੈ ਨਾ ਅਤੇ ਜਿੱਦਾਂ ਸਪੋਰਟਸ ਕਰਦੇ ਅਥਲੈਟਸ ਕਰਦੀਆਂ ਠੀਕ ਹੈ ਕੁੜੀਆਂ ਕਰਦੀਆਂ ਹੈ ਨਾ ਡਾਂਸਿੰਗ ਵਿੱਚ ਵੀ ਸਾਰੇ ਪਾਸੇ ਅਤੇ ਫਿਰ ਮੇਰੇ ਜਦੋਂ ਮੈਂ ਇੱਕ ਲੇਖ ਲਿਖਿਆ ਸੀ ਨਾ ਉਦੋਂ ਜਦੋਂ ਡਰੱਗ ਦੇ ਬਾਰੇ ਉਹਦੇ ਵਿੱਚ ਵੀ ਮੈਨੂੰ ਦਿਮਾਗ ਦੇ ਵਿੱਚ ਉਹ ਵਿਅੰਗ ਲਿਖਿਆ ਸੀ ਵੀ ਜਿਹੜਾ ਨਸ਼ਿਆਂ ਬਾਰੇ ਆ ਅਤੇ ਉਹਦੇ ਵਿੱਚ ਜਿੱਦਾਂ ਮੈਂ ਮੋੜ ਲਿਆਉਂਦਾ ਸੀ ਇੱਕ ਫਿਲਮ ਦੀ ਜਿੱਦਾਂ ਫਿਲਮ ਨਹੀਂ ਚੱਲਦੀ ਹੁੰਦੀ ਆ ਬਈ ਤੁਰੇ ਜਾਂਦੇ ਆ ਮੁੰਡੇ ਤਾਂ ਉਹਨਾਂ ਦੀ ਵੀ ਗੱਡੀ ਪੈਂਚਰ ਹੋ ਜਾਂਦੀ ਆ ਅਤੇ ਜਦੋਂ ਫਿਰ ਉਹ ਅੱਗੇ ਜਾਂਦੇ ਆ ਮਤਲਬ ਉੱਥੇ ਜਾਂਦੇ ਆ ਤਾਂ ਇੱਕ ਹੋਰ ਗੱਡੀ ਖੜੀ ਹੁੰਦੀ ਆ ਅਤੇ ਦੂਸਰਾ ਬੰਦਾ ਕਹਿੰਦਾ ਓਏ ਉਹ ਦੇਖੋ ਕੁੜੀਆਂ ਦੀ ਗੱਡੀ ਪਿੱਛੇ ਕੀ ਲਿਖਿਆ ਆ ਅਤੇ ਉਹ ਉਹਦੇ ਵਿੱਚ ਲਿਖਿਆ ਸੀ ਬਈ ਅੱਜ ਕਿਸੇ ਨਾਲੋਂ ਘੱਟ ਨਹੀਂ ਪੰਜਾਬ ਦੀਆਂ ਨੱਢੀਆਂ ਮੁੰਡਿਆਂ ਨੂੰ ਫਿਕਰ ਪਿਆ ਲੱਗ ਪਈਆਂ ਖੇਡਣ ਕਬੱਡੀਆਂ ਯਾਨੀ ਉਹ ਮੈਂ ਆਪਣੇ ਦਿਮਾਗ 'ਚ ਲਿਆ ਕੇ ਉਹ ਸੀਨ ਇੱਦਾਂ ਬਣਾਇਆ ਸੀ ਉਹਨੂੰ ਅੱਛਾ ਇਹ ਸੀਨ ਬਣਾਇਆ ਸੀ ਵੀ ਜੇ ਕੱਲ੍ਹ ਨੂੰ ਫਿਲਮ ਵੀ ਬਣਨੀ ਹੋਵੇ ਤਾਂ ਬਣ ਸਕਦੀ ਉੱਥੇ ਉਹ ਜਿਹੜਾ ਮੈਂ ਲੇਖ ਲਿਖਿਆ ਸੀ ਦੇਸ਼ ਵਿਦੇਸ਼ ਵਿੱਚ ਛਪਿਆ ਸੀ ਅਤੇ ਉਹ ਉੱਥੇ ਵੀ ਮੈਂ ਜਿਹੜੀ ਲਾਈਨ ਲਿਖੀ ਸੀ ਵੀ ਅੱਜ ਕਿਸੇ ਨਾਲੋਂ ਘੱਟ ਨਹੀਂ ਪੰਜਾਬ ਦੀਆਂ ਨੱਢੀਆਂ ਮੁੰਡਿਆਂ ਨੂੰ ਫਿਕਰ ਪਿਆ ਲੱਗ ਪਈਆਂ ਖੇਡਣ ਕਬੱਡੀਆਂ ਤੋ ਇੱਕ ਮਤਲਬ ਮੁੰਡਿਆਂ ਨੂੰ ਵੀ ਚੈਲੰਜ ਵੀ ਸੀਗਾ ਵੀ ਤੁਸੀਂ ਆਪਣੇ ਆਪ ਨੂੰ ਸੰਭਲੋ ਬਈ ਅੱਜ ਕੱਲ੍ਹ ਕੁੜੀਆਂ ਵੀ ਕਬੱਡੀ ਖੇਡਦੇ ਕਿਉਂ ਹਰ ਇੱਕ ਫੀਲਡ ਦੇ ਵਿੱਚ ਉੱਪਰ ਆ ਕੁੜੀਆਂ ਤਾਂ ਕਰਕੇ ਫਿਰ ਮੇਰੇ ਦਿਮਾਗ 'ਚ ਲੈਣ ਮੈਂ ਕਿਹਾ ਵੀ ਕੁੜੀਆਂ ਨੂੰ ਕਿਸੇ ਤਰ੍ਹਾਂ ਇਸ ਗੀਤ ਦੇ ਵਿੱਚ ਐਡਜਸਟ ਕਰਨਾ ਹੀ ਕਰਨਾ ਵੀ ਉਹਨਾਂ ਨੂੰ ਵੀ ਬਰਾਬਰ ਲਿਆਉਣਾ ਹੀ ਲਿਆਉਣਾ ਉਹ ਵੀ ਕੱਪੜੇ ਪਾ ਕੇ ਐ ਨੂੰ ਹਾਂਜੀ ਦੇਖ ਲਓ ਐ ਨਹੀਂ ਕਿ ਤੂੰ ਗਾਵੇਂਗੇ ਮੈਂ ਗੱਭਰੂ ਪੁੱਤ ਪੰਜਾਬ ਦਾ ਤਮੋਰੇ ਨੰਗੀਆਂ ਹੀ ਆ ਡਾਂਸ ਕਰਨ ਵੀਡੀਓ ਤੇ ਪੁੱਤ ਤਾਂ ਮੈਨੂੰ ਦੀਦਾ ਨਹੀਂ ਆਦਾ ਪੁੱਤਰੀਆਂ ਹੀ ਆ ਸਾਰੀਆਂ ਤੇ ਉਹ ਵੀ ਅੱਧ ਨੰਗੀਆਂ ਹਾਂਜੀ ਉਹੀ ਗੱਲ ਵੀ ਕਬੱਡੀ ਦੇ ਸਪੋਰਟਸ ਦਿਖਾ ਲਈ ਜਾਣੀ ਹੁਣ ਇਹਦੇ ਵਿੱਚ ਮੈਂ ਇਹੀ ਜਿਹਾ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਆ ਆਪਣੇ ਗੀਤ ਦੇ ਵਿੱਚ ਵੀ ਬਈ ਚੰਗੀ ਸਿਹਤ ਬਣਾਓ ਜੇ ਤੁਹਾਡੀ ਸਿਹਤ ਆ ਤੁਸੀਂ ਅੱਗੇ ਵੀ ਆਪਾਂ ਗੱਲ ਕੀਤੀ ਵੀ ਕਿਸੇ ਫੀਲਡ ਵਿੱਚ ਵੀ ਤੁਸੀਂ ਕਾਮਯਾਬ ਹੋ ਸਕਦੇ ਆ ਕੰਮ ਵਧੀਆ ਕਰ ਸਕਦੇ ਆ ਕਿ ਕਿਸੇ ਵੀ ਸਮਾਜ ਦੇ ਕੰਮ ਲਈ ਤੁਸੀਂ ਜੋ ਕਰ ਸਕਦੇ ਆ ਜੇ ਬੰਦਾ ਬਿਮਾਰ ਹੈ ਉਹਨੂੰ ਕੰਮ ਕੀ ਕਰਨਾ ਆ ਜੇ ਨਸ਼ੇ ਖਾਣੇ ਆ ਤੇ ਬੰਦਾ ਕੀ ਕੰਮ ਕਰੂਗਾ ਇੱਕ ਤੁਹਾਨੂੰ ਵਧਾਈਆਂ ਦੇ ਦਈਏ ਕਿਉਂਕਿ ਤੁਹਾਡੇ ਘਰ ਲੜਕੀ ਹੋਈ ਹੈ
ਹਾਂਜੀ ਹਾਂਜੀ ਐਸੀ ਹਫਤੇ ਹਾਂਜੀ ਬਹੁਤ ਰੱਬ ਦਾ ਬਹੁਤ ਬਹੁਤ ਸ਼ੁਕਰ ਹੈ ਜੀ ਹਾਂਜੀ ਕਿ ਰੱਬ ਨੇ ਸਾਡੀ ਵੀ ਸੁਣੀ ਆ ਬੜੀ ਚਿਰਾਂ ਤੋਂ ਇਹ ਆਸ ਸੀ ਤਮੰਨਾ ਸੀ ਵੀ ਸਾਡੇ ਘਰ ਲੜਕੀ ਲੜਕੀ ਤਾਂ ਪੈਸੇ ਮੇਰੇ ਕੋਲ ਪਹਿਲਾਂ ਵੀ ਸੀਗੀ ਹੈਗੀ ਆ ਉਹ ਵੈਸੇ ਠੀਕ ਨਹੀਂ ਹੈ ਨਾ ਅੱਛਾ ਅਤੇ ਪਰ ਉੱਦਾਂ ਮੈਂ ਚਾਹੁੰਦਾ ਹੁੰਦਾ ਸੀ ਵੀ ਰੱਬ ਕਿਤੇ ਸਾਡੇ ਵੀ ਇਹੀ ਇੱਛਾ ਹੁੰਦੀ ਸੀ ਹਮੇਸ਼ਾ ਰੋਜ਼ ਹੀ ਕਿ ਲੜਕੀ ਹੋਵੇ ਲੜਕੀ ਹੋਵੇ ਰੱਬ ਨੇ ਸੁਣੇ ਆ ਲੱਖ ਲੱਖ ਸ਼ੁਕਰੀਆ ਰੱਬ ਦਾ ਕਿਉਂਕਿ ਅੱਜ ਕੱਲ੍ਹ ਇੰਡੀਆ 'ਚ ਤਾਂ ਪੰਜਾਬ 'ਚ ਹਾਂਜੀ ਜੋ ਲੜਕੀਆਂ ਨਾਲ ਹੁੰਦਾ ਖਾਸ ਤੌਰ 'ਤੇ ਜਿਹੜੀਆਂ ਜੰਮੀਆਂ ਹੀ ਨਹੀਂ ਵਿਚਾਰੀਆਂ ਹਾਂਜੀ ਹਾਂਜੀ ਉਹਦਾ ਕਾਫੀ ਇੱਕ ਮੁੱਦਾ ਬਣਿਆ ਹਾਂਜੀ ਹਾਂਜੀ ਅਤੇ ਕਾਫੀ ਇੱਕ ਚਿੰਤਾ ਦੀ ਵਿਸ਼ਾ ਹਾਂਜੀ ਹਾਂਜੀ ਫਿਰ ਚਲੋ ਇੱਥੇ ਅਸੀਂ ਤਾਂ ਮੈਂ ਉੱਥੇ ਜਦੋਂ ਇਹ ਗੱਲ ਚੱਲੀ ਸੀ ਮੈਂ ਉਦੋਂ ਇੱਕ ਗੀਤ ਲਿਖਿਆ ਸੀ ਇਹ ਨਫ਼ਰਤ ਦੀਆਂ ਕੰਧਾਂ ਤੋੜ ਦਿਓ ਸਭ ਟੁੱਟਿਆਂ ਦਿਲਾਂ 'ਤੇ ਜੋੜ ਦਿਓ ਬੂਟੇ ਬੀਜੋ ਪਿਆਰਾਂ ਵਾਲੇ ਚੜ੍ਹੇ ਨਵਾਂ ਸਵੇਰਾ ਛਿੱਟਾ ਦਈਏ ਚਾਨਣ ਦਾ ਮਿੱਟ ਜਾਏ ਹਨੇਰਾ ਉਹਦੇ ਵਿੱਚ ਇੱਕ ਮੈਂ ਲਾਈਨ ਲਿਖੀ ਸੀ ਇਹ ਖੂਹ ਵਿੱਚ ਧੀਆਂ ਨਾਲ ਕਤਲ ਕਰਾਓ ਵੀ ਲੋਕੋ ਹੜ ਨਸ਼ਿਆਂ ਦਾ ਆ ਗਿਆ ਸਾਰੇ ਰਲ ਕੇ ਰੋਕੋ ਵੀ ਕੁੱਖ ਵਿੱਚ ਧੀਆਂ ਨਾਲ ਕਤਲ ਕਰਾਓ ਵੀ ਲੋਕੋ ਹੜ ਨਸ਼ਿਆਂ ਦਾ ਆ ਗਿਆ ਸਾਰੇ ਰਲ ਕੇ ਰੋਕੋ ਅਤੇ ਇੱਦਾਂ ਨਹੀਂ ਮੈਂ ਗੱਲਾਂ ਉਸ ਵਿੱਚ ਲਿਖਿਆ ਸੀ ਉਹ ਮਨਜੀਤ ਪੱਪੂ ਨੇ ਗਾਇਆ ਸੀ ਅੱਛਾ ਅਤੇ ਵੈਸੇ ਮੈਂ ਹਰਜਾਬ ਜੀ ਇਹੀ ਸੋਚਦਾ ਨਾ ਵੀ ਕੋਈ ਚੰਗਾ ਗੀਤ ਲਿਖਿਆ ਜਾਵੇ ਜਿੰਨਾ ਵੀ ਲਿਖਾਂ ਮੈਂ ਅੱਛਾ ਵੀ ਕੋਈ ਮਾੜਾ ਗੀਤ ਨਾ ਮਤਲਬ ਇੰਨਾ ਨਾ ਵੀ ਕਿਸੇ ਦੇ ਖਿਲਾਫ਼ ਨਾ ਹੋਵੇ ਕਿਸੇ ਦੇ ਦਿਲ ਨੂੰ ਦਿਖਾਵੇ ਨਾ ਨਹੀਂ ਲੋੜ ਨਹੀਂ ਤੁਹਾਨੂੰ ਹਾਂਜੀ ਹਾਂਜੀ ਇਹ ਆ ਕਿ ਕਈ ਲੋਕ ਆਪਣੇ ਗਾਣੇ 'ਚ ਹੁੰਦੇ ਆ ਹਾਂਜੀ ਕਈ ਪ੍ਰਮੋਟ ਕਰਦੇ ਆ ਲੜਾਈਆਂ ਹਾਂਜੀ ਕਈ ਆਕੜਾਂ ਪ੍ਰਮੋਟ ਕਰਦੇ ਆ ਕਈ ਜਾਤ ਪਾਤ ਨੂੰ ਵੀ ਪ੍ਰਮੋਟ ਕਰਦੇ ਆ ਗਾਣੇ ਹੁਣ ਤੁਸੀਂ ਇਹ ਆਪਾਂ ਜੋ ਕਿ ਕਿਉਂਕਿ ਤੁਸੀਂ ਕਲਾਕਾਰ ਹੋ ਤਾਂ ਤੁਹਾਡੇ ਸਿਰ 'ਤੇ ਜ਼ਿੰਮੇਵਾਰੀ ਬਣਦੀ ਆ ਹਰੇਕ ਲੱਖਾਂ ਲੋਕਾਂ ਨੇ ਤੁਹਾਡੇ ਪ੍ਰੋਡਕਟ ਵੇਖਣੀ ਚੀਜ਼ ਦੇਖਣੀ ਹੈ ਅਤੇ ਹੁਣ ਜਿੱਦਾਂ ਆਪਾਂ ਜਦੋਂ ਤੁਹਾਡਾ ਪ੍ਰੋਗਰਾਮ ਅਵਾਰਡ ਪ੍ਰੋਗਰਾਮ ਹੋਇਆ ਸੀ ਹਾਂ ਅਤੇ ਜਦੋਂ ਤੁਸੀਂ ਮੈਨੂੰ ਦੱਸਿਆ ਸੀ ਵੀ ਉਹ ਕੁੜੀ ਦਾ ਨਾਮ ਮੈਨੂੰ ਯਾਦ ਭੁੱਲ ਗਿਆ ਹਰਦੀਪ ਸਿੱਧੂ ਹਾਂਜੀ ਜੀ ਨੇ ਉਹ ਰੋਇੰਗ ਦੇ ਵਿੱਚ 2 ਮਹੀਨੇ ਕਰਕੇ ਤਾਂ ਬੜਾ 2 ਲੱਖ ਚੈਟੀ ਨੂੰ 70 ਦਿਨ ਹਾਂਜੀ 2 ਲੱਖ ਕੌਣ ਇੰਗਲੈਂਡ ਤੋਂ ਅਮਰੀਕਾ ਛੋਟੀ ਕਸ਼ਤੀ ਚ ਦੇ ਵਿੱਚ ਗਏ ਸੀ ਹਾਂ ਉਹ ਡੰਡਿਆਂ ਜਿਹਾ ਨਹੀਂ ਹੁੰਦੇ ਰੋਇੰਗ ਉਹਨਾਂ ਨਾਲ ਖਿੱਚ ਖਿੱਚ ਕੇ ਇਹ ਨਹੀਂ ਕਿ ਮੋਟਰ ਲੱਗੇ ਹੋ ਸੀ ਬੋਟਾਂ ਨੂੰ ਨਹੀਂ ਉਹ ਦੱਸਦਾ ਤੇ ਉਹ ਜਦੋਂ ਤੁਸੀਂ ਮੈਨੂੰ ਆਪਾਂ ਸਟੇਜ ਆਪਾਂ ਦੂਜੇ ਕੰਪੇਅਰ ਕਰਦੇ ਸੀ ਜੇ ਤੁਸੀਂ ਮੈਨੂੰ ਕਿਹਾ ਸੀ ਇੱਦਾਂ ਆਪਾਂ ਲਿਸਟ ਬਣਾਈ ਸੀ ਘਰ ਬੈਠ ਕੇ ਮੇਰੇ ਦਿਮਾਗ 'ਚ ਆਉਂਦਾ ਸੀ ਵੀ ਇਹ ਕੁੜੀ ਲਈ ਕੋਈ ਸ਼ੇਰ ਨਵਾਂ ਕਿੱਦਾਂ ਬਣਾਇਆ ਜਾਵੇ ਮੈਂ ਉਹ ਇੱਕ ਵੀਕ ਸੋਚਦਾ ਰਿਹਾ ਉਹ ਵੀ ਕਿੱਦਾਂ ਬਣਾਇਆ ਉਹ ਫਿਰ ਸ਼ੇਰ ਮੈਂ ਉਦੋਂ ਉੱਥੇ ਬੋਲਿਆ ਸੀ ਉਹ ਹਜੇ ਤੱਕ ਮੈਨੂੰ ਜਦੋਂ ਉੱਤੇ ਤਾੜੀਆਂ ਵੱਜੀਆਂ ਮੈਂ ਇਹ ਨਹੀਂ ਕਹਿੰਦਾ ਪਰ ਮੈਨੂੰ ਆਪ ਹਜੇ ਵੀ ਮੈਂ ਜਦੋਂ ਕਿਤੇ ਨਾ ਗੱਲ ਕਰਦਾ ਜਾਂ ਕਿਤੇ ਪ੍ਰੋਗਰਾਮ ਦਾ ਮੈਂ ਜ਼ਰੂਰ ਬੋਲਦਾ ਤੇ ਉਹ ਜਿੱਦਾਂ ਸੀਗਾ ਵੀ ਵਾਹ ਨੀ ਕੁੜੀਏ ਮੇਰੇ ਦੇਸ਼ ਦੀਏ ਵਾਹ ਨੀ ਕੁੜੀਏ ਮੇਰੇ ਦੇਸ਼ ਦੀਏ ਤੂੰ ਇਤਿਹਾਸ ਬਣਾ ਦਿੱਤਾ ਸਾਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਦਾ ਨਾਂ ਚਮਕਾ ਦਿੱਤਾ ਜਿਹਨਾਂ ਕੁੱਖ ਵਿੱਚ ਧੀਆਂ ਕਤਲ ਕਰਾਈਆਂ ਉਹ ਰੋਣਗੀਆਂ ਤੇ ਪਛਤਾਉਣਗੀਆਂ ਤੇਰੇ ਵਰਗੀਆਂ ਕੁੜੀਆਂ ਮੁੰਡੇ ਕੁੜੀਆਂ ਦਾ ਫਰਕ ਮਟਾਉਣਗੀਆਂ ਮੁੰਡੇ ਕੁੜੀਆਂ ਦਾ ਫਰਕ ਮਟਾਉਣਗੀਆਂ ਬਹੁਤ ਵਧੀਆ ਮੈਂ ਤੁਹਾਨੂੰ ਦੱਸਦਾ ਚਲੋ ਕੁੜੀਆਂ ਦੀ ਗੱਲ ਕਰਦੇ ਇੱਕ ਗੱਲ ਕਰਦੇ ਮੈਂ ਲੈਸਟਰ ਸੀਗਾ ਐਸ ਐਚ ਦੇ ਦਫ਼ਤਰ ਤੋਂ ਨਿਕਲਿਆ ਅਤੇ ਇੱਕ ਰੇਡੀਓ ਸਟੇਸ਼ਨ ਆਉਂਦਾ ਲੰਘਦਾ ਸੀਗਾ ਮੈਂ ਗੱਡੀ 'ਚ ਅਤੇ ਮੈਂ ਕੀ ਦੇਖਿਆ ਤਾਂ ਉੱਥੇ ਰੌਲਾ ਪਿਆ ਜੀ ਐਮ ਪੀ ਨੇ ਆਉਣਾ ਅੱਛਾ ਜੀ ਮੈਂ ਕਿਹਾ ਐਮ ਪੀ ਨੇ ਆਉਣਾ ਪਤਾ ਨਹੀਂ ਕਿ ਐਮ ਪੀ ਨੇ ਆਉਣਾ ਜਦੋਂ ਮੈਂ ਦੇਖਿਆ ਸਟੂਡੀਓ ਵਿੱਚ ਦਰ ਵਿੱਚ ਕੋਈ ਜਾ ਰਿਹਾ ਸੀਗਾ ਅਤੇ 2-3 ਆਪਣੇ ਬੰਦੇ ਸੀ ਮੋਹਰੇ ਅੱਛਾ ਜੀ ਅਤੇ 2 ਜੀ ਬਾਉਂਸਰ ਸੀਗੇ ਅੱਛਾ ਐਂ ਜੀ ਸਿਹਤ ਚੰਗੀ ਮੰਗੇ ਆਂਗਾ ਸਾਡੇ ਮਿੱਠਾਪੁਰੀ ਆਂਗਾ ਉਹਨਾਂ ਵੀ ਚੰਗੀ ਸਿਹਤ ਅੱਛਾ ਮੈਂ ਕਿਹਾ ਪਤਾ ਨਹੀਂ ਕਿਹੜਾ ਐਮ ਪੀ ਆਇਆ ਮੈਂ ਕਿਹਾ ਤਾਂ ਮੈਨੂੰ ਲੱਗਦਾ ਕੋਈ ਗੋਲਡਨ ਬਰਾਊਨ ਆਇਆ ਜਾਂ ਇੱਦਾਂ ਆ ਅਤੇ ਕੋਈ ਐਮ ਪੀ ਤੇ ਮੈਂ ਪੁੱਛਿਆ ਮੈਂ ਕਿਹਾ ਜੀ ਕਿਹੜੇ ਐਮ ਪੀ ਨੇ ਆਉਣਾ ਕੀਥੇ ਨੇ ਆਉਣਾ ਲੈਸਟਰ ਵਾਲੇ ਨੇ ਜਾਂ ਬਰਿੰਦਰ ਨੇ ਆਉਣਾ ਮੈਂ ਕਿਹਾ ਬਰਿੰਦਰ ਦਾ ਹੋ ਨਹੀਂ ਸਕਦਾ ਉਹ ਤਾਂ ਸਾਡਾ ਆਪ ਬੱਸ ਫੜ ਕੇ ਜਾਂਦਾ ਉਹਨੂੰ ਬਾਉਂਸਰਾਂ ਦੀ ਲੋੜ ਨਹੀਂ ਉਹ ਨਹੀਂ ਹੋ ਸਕਦਾ ਤਾਂ ਕਹਿੰਦੇ ਨਹੀਂ ਐਮ ਪੀ ਆਇਓ ਆ ਤੇ ਮੈਂ ਬੜਾ ਪਰੇਸ਼ਾਨ ਹੋਇਆ ਮੈਂ ਕਿਹਾ ਕਿਹੜੇ ਐਮ ਪੀ ਤੇ ਮੈਂ ਫਿਰ ਇੱਕ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਯਾਰ ਕਿਹੜੇ ਐਮ ਪੀ ਆਇਓ ਕਹਿੰਦਾ ਭਾਜੀ ਐਮ ਪੀ ਤੈਨੂੰ ਐਮ ਪੀ ਦਾ ਨਹੀਂ ਪਤਾ ਮੈਂ ਕਿਹੜੇ ਕਹਿੰਦੇ ਮਿਸ ਪੂਜਾ ਜਿੱਧਰ ਵੀ ਜਾਓ ਮਿਸ ਪੂਜਾ ਹੀ ਵੈਸੇ ਵੀ ਦੇਖਿਆ ਜਾਵੇ ਅੱਜ ਕੱਲ ਦੇ ਗਾਇਕੀ ਚ ਮਿਸ ਪੂਜਾ ਦਾ ਹੀ ਨਾਮ ਕਾਫੀ ਚੱਲਦਾ ਬੜਾ ਉਹਦਾ ਨਾਂ ਆ ਜੀ ਹਾਂਜੀ ਤੇ ਬੜੀ ਛੇਤੀ ਤਰੱਕੀ ਪਾਈ ਉਹਨਾਂ ਨੇ ਬਹੁਤ ਤਰੱਕੀ ਛੋਟੀ ਜਿਹੀ ਉਮਰ ਚ ਮੱਲਾ ਮਾਰੀ ਜਾਂਦੀ ਹੈ ਹਾਂਜੀ ਤਾਂ ਦੇਖੋ ਤੇ ਛੋਟੀ ਜਿਹੀ ਉਮਰ ਵੀ ਕੱਦ ਵੀ ਛੋਟਾ ਜਿਹਾ ਸਾਰਾ ਕੁਝ ਪ੍ਰਾਹੁਣਾ ਵੀ ਛੋਟਾ ਜਿਹਾ ਲੱਭ ਕੇ ਦੇ ਦਿਓ ਕੋਈ ਵਲੈਤੀ ਜਿਹਾ ਤੇ ਵੀਜ਼ੇ ਲਵਾਉਣ ਲਈ ਹਰਜਾਬ ਭਾਜੀ ਹੈਗੇ ਹੀ ਆ ਕੋਈ ਗੱਲ ਫਿਰ ਤੁਹਾਡੇ ਸਿੱਧੀ ਗੱਲ ਕਰ ਲੈਣਗੇ ਦੇਖਦੇ ਵੀ ਕੌਣ ਆਖਦਾ ਮਿਸ ਪੂਜਾ ਨੂੰ ਕੈਨੇਡਾ ਵਾਲੇ ਜਾਂ ਬਲੈਤ ਵਾਲੇ ਜਾਂ ਅਮਰੀਕਾ ਵਾਲੇ ਜਾਂ ਫਿਰ ਪਿੰਡੇ ਜਾ ਕੇ ਵਿਆਹ ਕਰਦੇ ਬਹੁਤੇ ਕਲਾਕਾਰਾਂ ਦੇ ਬੇੜੇ ਪਾਰ ਕਰਤੇ ਜੀ ਉਹਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਜਿਹੜਾ ਵੀ ਕਲਾਕਾਰ ਚਾਹੁੰਦਾ ਮੈਂ ਉਹਦੇ ਨਾਲ ਗੀਤ ਗਾਵਾਂ ਹਾਂਜੀ ਤੇ ਪਰ ਉਹ ਵੀ ਵਿਚਾਰੀ ਚੰਗੀ ਆ ਨਹੀਂ ਬਿਲਕੁਲ ਜੀ ਹਾਂਜੀ ਵੀ ਕਹਿੰਦੇ ਕੋਈ ਨਹੀਂ
ਗੱਲ ਆ ਤੁਸੀਂ ਉਹ ਇੱਕ ਚੀਜ਼ ਮੈਂ ਖਾਸੀਅਤ ਦੇਖੀ ਆ ਕੋਈ ਗੀਤ ਸੁਣੋ ਮਿਸ ਪੂਜਾ ਦਾ ਬੰਦੇ ਦਾ ਨਾਂ ਚੇਤੇ ਰਵੇ ਨਾ ਰਵੇ ਮਿਸ ਪੂਜਾ ਦਾ ਨਾਂ ਜ਼ਰੂਰ ਚੇਤੇ ਰਵੇ ਉਹੀ ਗੱਲ ਹੈ ਨਹੀਂ ਬੜੀ ਵਧੀਆ ਆਵਾਜ਼ ਇੱਕ ਵੀ ਪੰਜਾਬ ਦੀ ਲੜਕੀ ਹੈ ਜੋ ਕਿ ਬਹੁਤ ਅੱਛਾ ਕਰ ਰਹੀ ਹੈ ਤੇ ਹਾਂਜੀ ਹਾਂਜੀ ਵਾ ਉਹੀ ਗੱਲ ਚੱਲਦੀ ਵੀ ਜਿੱਦਾਂ ਕਬੱਡੀ ਦੀ ਆਪਾਂ ਚੱਲਦੇ ਸੀਜ਼ਨ ਦੀ ਕਿੰਨੇ ਕੱਪ ਹੈ ਨਾ ਜਿੱਤੇ ਹਾਂ ਤੇ ਹੁਣ ਤੁਸੀਂ ਦੱਸੋਗੇ ਕੌਣ ਕੌਣ ਜਿੱਤਿਆ ਫਿਰ ਕੱਪ ਐਤ ਕੀ ਕਿਹੜੇ ਕਿਹੜੇ ਤੇ ਉਹ ਕੱਪ ਦੀ ਤਾਂ ਜਿੱਦਾਂ ਆਪਾਂ ਵੀ ਸਿੰਘ ਫਸਣੇ ਕੁੰਡੀਆਂ ਦੇ ਅੱਜ ਮੈਚ ਕਬੱਡੀ ਦਾ ਜੋ ਡੋਲੇ ਚਮਕਣ ਮੁੰਡਿਆਂ ਦੇ ਸਭ ਨੇ ਇੱਕ ਦਾ ਜ਼ੋਰ ਹੈ ਲਾਉਣਾ ਭੇਡ ਹੁੰਦੇ ਜਦ ਸਾਨਾਂ ਦੇ ਖੜ ਕੇ ਵੇਖੇ ਕੁੱਲ ਜਮਾਨਾ ਕੱਪ ਉਹੀ ਜਿੱਤਣਗੇ ਜਿਨ੍ਹਾਂ ਦੇ ਡੋਲਿਆਂ ਪੱਟਾਂ ਵਿੱਚ ਜਾਣਾ ਕੱਪ ਤਾਂ ਇੱਦਾਂ ਹੀ ਆ ਫਿਰ ਜੀ ਹਰਜਾਪ ਸਿੰਘ ਨੂੰ ਜਿੱਤਣ ਦੇ ਕਿਹਨੂੰ ਜਿੱਤ ਕੌਣ ਕੌਣ ਹਾਂਜੀ ਜਿੱਦਾਂ ਆਪਣੇ ਟੂਰਨਾਮੈਂਟ ਜਿੱਦਾਂ ਪਹਿਲਾਂ ਤਾਂ ਵੈਸੇ ਬਾਰਕਿੰਗ ਤੋਂ ਸ਼ੁਰੂ ਹੋਏ ਸੀ ਕਿੰਨੇ ਟੂਰਨਾਮੈਂਟ ਹੋਏ ਸਾਰੇ ਤੇ 14 ਟੂਰਨਾਮੈਂਟ 14 ਟੂਰਨਾਮੈਂਟ ਹਾਂਜੀ ਕੌਣ ਕੌਣ ਕੱਪ ਜਿੱਤੇ ਆ ਤੇ ਬਾਰਕਿੰਗ ਤੋਂ ਸ਼ੁਰੂ ਹੋਇਆ ਸੀ ਵੈ ਉੱਥੇ ਸਲੋਹ ਨੇ ਪਹਿਲਾਂ ਕੱਪ ਜਿੱਤਿਆ ਸੀ ਅੱਛਾ ਤੇ ਸਲੋਹ ਨੇ ਸਭ ਤੋਂ ਜ਼ਿਆਦਾ ਕੱਪ ਜਿੱਤੇ ਆ 7 ਕੱਪ ਨੇ ਜਿੱਤੇ ਆ ਜਿੱਥੇ ਤੱਕ ਮੇਰਾ 7 ਕੱਪ ਸ਼ੀਰੇ ਭਾਜੀ ਹੋਣਾ ਦੇ ਹਾਂ ਸ਼ੀਰੇ ਗੋਲਡੀ ਹੋਣੀ ਹੋਣਾ ਨੇ ਮਾਰੀ ਹਾਂਜੀ ਨੰਬਰ ਲੈ ਗਏ ਨੰਬਰ ਲੈ ਗਏ ਜੀ ਸਲੋਹ ਵਾਲੇ 7 ਕੱਪ ਜਿੱਤੇ 7 ਕੱਪ ਨਹੀਂ ਜਿੱਤੇ 50% ਲੈ ਗਏ ਹਾਂਜੀ 50% ਲਏ ਬਾਕੀ ਫੇ ਬਾਕੀ ਦੇ ਦੋ ਜਿੱਤੇ ਆ ਗ੍ਰੇਵੈਂਟ ਵਾਲਿਆਂ ਨੇ ਸਾਡੇ ਗ੍ਰੇਵੈਂਟ ਵਾਲੇ ਵੀ ਲੈ ਗਏ ਨੰਬਰ 7 ਹੋਣੀ ਹੈ ਨਾ ਹਾਂ ਜਨੈਲ ਬਾਹਰ ਮਜਾਰੇ ਸਵਰਨੇ ਹੋਣੀ ਬੜੀ ਵਧੀਆ ਹਾਂਜੀ ਹਾਂ ਹਾਂ ਤੇ ਦੋ ਜਿੱਤੇ ਆ ਵਲਵਨ ਟੈਲਪੋਰਟ ਬਹਾਦਰ ਸਿੰਘ ਸ਼ੇਰ ਗੱਲ ਮਹਿੰਦਰ ਸਿੰਘ ਮੌੜ ਅੱਛਾ ਜੀ ਨਛੱਤਰ ਥਿਆੜੀ ਹੋਣੀ ਜਿੱਤੇ ਅੱਛਾ ਜੀ ਤੇ 7 ਤੇ 4 11 ਹੋ ਗਏ ਹਾਂ ਤੇ ਮੇਰੇ ਸੀ ਥਿਆੜਾ ਸਾਹਿਬ ਆ ਹਾਂਜੀ ਹਾਂਜੀ ਤੇ ਇੱਕ ਫੇ ਬਾਰਕਿੰਗ ਨੇ ਜਿੱਤਿਆ ਬਾਰਕਿੰਗ ਵਾਲੇ ਹਾਂਜੀ ਮੇਰੇ ਤਾਂ ਪੁਰਾਣਾ ਇਲਾਕਾ ਬਾਰਕਿੰਗ ਉਹਨੂੰ ਵੀ ਸਪੋਰਟ ਕਰਨਾ ਪੈਂਦੇ ਹਾਂਜੀ ਜਿੱਤ ਗਏ ਹਾਂਜੀ ਹਾਂਜੀ ਵਧੀਆ ਤੇ ਇੱਕ ਟੈਲਫੋਰਡ ਨੇ ਤੇ ਇੱਕ ਈਸਟ ਬੁਲਚ ਨੇ ਜਿੱਤਿਆ ਤੇ ਜਿਹੜੇ ਸਾਡੇ ਪੰਜਾਬੀਆਂ ਦੇ ਗਾੜੇ ਆ ਸ਼ਹਿਰ ਹਾਂਜੀ ਸਾਡੇ ਸਾਊਥ ਹਾਲ ਬਰਮਿੰਗਮ ਹਾਂਜੀ ਇਹਨਾਂ ਨੇ ਕੱਖ ਵੀ ਨਹੀਂ ਜਿੱਤਿਆ ਰਲ ਮਿਲਾ ਕੇ ਵੀ ਨਹੀਂ ਇੱਕ ਲੈ ਗਏ ਨਹੀਂ ਇਹਨਾਂ ਸਾਂਝੀ ਗੱਲ ਸਾਂਝੀ ਕਰ ਲੈਂਦੇ ਇੱਕ ਇਹਨਾਂ ਦੀ ਵੈਸੇ ਪਹਿਲਾਂ ਬੜੀ ਵਧੀਆ ਟੀਮ ਹੁੰਦੀ ਸੀ ਜਿੱਦਾਂ ਤੇ ਹੁਣ ਘਟਿਆ ਹੋ ਗਈ ਤੇ ਟੈਲਫੋਰਡ ਜਿਵੇਂ ਦੱਸਿਆ ਬਾਰਕੰਗ ਨੇ ਜਿੱਤਿਆ ਟੈਲਫੋਰਡ ਨੇ ਈਰਤੂਲ ਤੇ ਇਹਨਾਂ ਦੀ ਐਤਕੀ ਵੈਸੇ ਜਿੱਦਾਂ ਇਸ ਸਾਲ ਟੀਮ ਮਾੜੀ ਪਿਛਲੇ ਸਾਲ ਵੀ ਨਹੀਂ ਸੀ ਇੰਨੀ ਵਧੀਆ ਉਦੋਂ ਪਿਛਲੇ 2-3 ਸਾਲ ਬੜੀ ਵਧੀਆ ਇਹਨਾਂ ਦੀ ਟੀਮ ਸੀਗੀ ਤੇ ਦੇਖ ਲਓ ਬੜੇ ਨਹੀਂ ਬੜੇ ਕੱਪ ਜਿੱਤੇ ਸਾਊਥ ਵਾਲੇ ਹੁੰਦੇ ਸੀ ਵੈਸੇ ਜਿਹੜਾ ਪਲੇਅਰ ਹੈ ਨਾ ਸਾਊਥ ਵਾਲ ਅੱਗੇ ਖੇਡਦਾ ਹੁੰਦਾ ਸੀ ਉਹ ਜਦੋਂ ਇੱਧਰ ਇੰਟਰਵਲ ਹੋਣਾ ਇੱਧਰ ਦੂਸਰੇ ਪਾਸੇ ਚਲੇ ਜਾਣਾ 200-300 ਬੰਦੇ ਨੇ ਜਾਂ ਦੂਜੇ ਪਾਸੇ ਇੰਟਰਵਲ ਹੋਣਾ ਉੱਧਰ ਚਲੇ ਜਾਣਾ ਇੰਨੀ ਇਹਨਾਂ ਦੀ ਸਪੋਰਟ ਹੁੰਦੀ ਸੀ ਇਹ ਕੱਲ੍ਹ ਉੱਥੇ ਬੈਡਫੋਰਡ ਦੇ ਟੂਰਨਾਮੈਂਟ ਦੇ ਮੈਂ ਵੇਖਿਆ ਅੱਛਾ ਜਦੋਂ ਸਲੋਹ ਦਾ ਤਾਂ ਇਹਨਾਂ ਦਾ ਮੈਚ ਹੋਇਆ ਮਿਡਵੇ ਦਾ ਭਾਜੀ 300 ਬੰਦਾ ਇੱਧਰ ਜਦੋਂ ਨਾ ਪਾਸੇ ਬਦਲੇ 300 ਇੱਧਰ ਨੂੰ ਚਲ ਗਿਆ 300 ਦੂਜੇ ਪਾਸੇ ਨੂੰ ਚਲ ਗਿਆ ਬੜੇ ਮੁਕਾਬਲੇ ਤਕੜੇ ਹੋਏ ਆ ਤੇ ਕੱਲ੍ਹ ਕੌਣ ਜਿੱਤਿਆ ਤੇ ਕੱਲ੍ਹ ਸਲੋਹ ਅਗਲੇ ਹਫਤੇ ਕੈਨੇਡਾ ਹੋਈ ਅਮਰੀਕਾ ਵਰਲਡ ਕੱਪ ਹੋ ਰਿਹਾ ਉੱਥੇ ਵੀ ਇੰਗਲੈਂਡ ਦੀ ਟੀਮ ਜਾ ਰਹੀ ਹੈ ਠੀਕ ਹੈ ਹਾਂਜੀ ਤੇ ਚਲੋ ਇਹ ਤਾਂ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਐਤਕੇ ਇੱਕ ਥੋੜਾ ਰੌਲਾ ਪਿਆ ਮੈਨੂੰ ਥੋੜੀ ਸ਼ਿਕਾਇਤਾਂ ਆਈਆਂ ਹਾਂਜੀ ਤੇ ਜਿਹੜੇ ਕਿਉਂਕਿ ਧੱਕਾ ਹੀ ਹੋ ਰਿਹਾ ਜਿਹੜੇ ਐਤਕੀ ਕਹਿੰਦੇ ਕਿ ਅਸੀਂ ਕੱਚੇ ਮੁੰਡੇ ਖੇਡਣ ਨਹੀਂ ਦੇਣੇ ਟੂਰਨਾਮੈਂਟਾਂ ਵਿੱਚ ਹਾਂਜੀ ਇਹਦੇ ਬਾਰੇ ਥੋੜੇ ਚਾਨਣਾ ਪਾਓ ਇਹ ਕਿਉਂ ਨਹੀਂ ਖੇਡਣ ਦੇਣੇ ਵੈਸੇ ਤਾਂ ਜਿੱਥੇ ਤੱਕ ਮੈਂ ਇਹਨਾਂ ਦੀ ਫੈਡਰੇਸ਼ਨ ਨੇ ਦੱਸਿਆ ਸੀ ਵੀ ਜਿਹੜੇ ਵਰਕ ਪਰਮਿਟ ਤੇ ਆਏ ਆ ਉਹੀ ਖੇਡ ਸਕਦੇ ਜਾਂ ਇਹਨਾਂ ਦਾ ਪੱਕੇ ਆ ਵੀ ਉਹ ਨਹੀਂ ਖੇਡ ਸਕਦੇ ਇਹਨਾਂ ਦੀ ਕੋਈ ਕੰਡੀਸ਼ਨ ਉਹਨਾਂ ਦੇ ਨਾਲ ਆ ਹਾਂ ਇਹ ਅੰਬੈਸੀ ਦੇ ਨਾਲ ਹਾਂ ਤੇ ਵੈਸੇ ਜਿਹੜੇ ਪਹਿਲੇ 4 ਟੂਰਨਾਮੈਂਟ ਹੋਏ ਸੀ ਨਾ ਜਦੋਂ ਪੰਜਾਬ ਤੋਂ ਉਹਨਾਂ ਵਿੱਚ ਤਾਂ ਖੇਲੇ ਸੀ ਉਹਨਾਂ ਵਿੱਚ ਖੇਡੇ ਆ ਹਾਂਜੀ ਉਹਨਾਂ ਵਿੱਚ ਉਦੋਂ ਪੰਜਾਬ ਚੋਂ ਮੁੰਡੇ ਨਹੀਂ ਸੀ ਆਏ ਨਹੀਂ ਵੀ ਔਰ ਕੰਡੀਸ਼ਨਾਂ ਨਹੀਂ ਲੱਗ ਮੈਂ ਉਹ ਗੱਲ ਦੱਸਣ ਲੱਗਾ ਤੁਹਾਨੂੰ ਉਹ ਜਿਹੜੇ 4 ਟੂਰਨਾਮੈਂਟ ਹੋਏ ਆ ਨਾ ਉਹ ਇੰਨੇ ਵਧੀਆ ਹੋਏ ਆ ਨਾ ਕਿਉਂਕਿ ਇੱਥੇ ਦੇ ਮੁੰਡੇ ਹੋਰ ਵੀ ਉੱਠਣ ਨੂੰ ਬੜੇ ਤਿਆਰ ਸੀ ਸਾਰੇ ਖੇਲੇ ਮਗਰ ਹਾਂਜੀ ਹਾਂਜੀ ਬੈਲੀ ਹੋਣੀ ਖੇਲੇ ਬੈਲੀ ਹਾਂਜੀ ਬੜੇ ਹੋਰ ਨਾਮਨ ਜੋਲ ਜਿੱਦਾਂ ਸਾਰੇ ਸੀ ਤੇ ਹੋਣੀ ਸਾਰੇ ਹੋਰ ਮੁੰਡੇ ਵੀ ਸਾਰਿਆਂ ਨੇ ਖੇਲੇ ਬੜੇ ਮੁੰਡੇ ਵਧੀਆ ਉੱਠਣ ਲੱਗ ਪਏ ਸੀ ਲੋਕਾਂ ਨੂੰ ਸ਼ੌਕ ਪੈਦਾ ਹੋ ਗਿਆ ਸੀ ਉਹਨਾਂ ਨੂੰ ਵੀ ਹੌਸਲਾ ਉਸਾਈ ਹੋ ਗਿਆ ਸੀ ਮੁੰਡੇ ਹੌਸਲਾ ਹਾਂਜੀ ਵੀ ਅਸੀਂ ਖੇਡ ਸਕਦੇ ਹਾਂ ਤੇ ਹੁਣ ਬਸ ਇਹੀ ਦੁੱਖ ਹੋਇਆ ਵੀ ਜਦੋਂ 4 ਟੂਰਨਾਮੈਂਟ ਲੰਘ ਗਏ ਕਿ ਅੱਧੇ ਜ਼ਿਆਦਾ ਪਲੇਅਰ ਉਹ ਬਾਹਰ ਬਹਿ ਗਏ ਬਾਹਰ ਬਿਠਾ ਲਿਆ ਗਿਆ ਉਹਨਾਂ ਨੂੰ ਬਹਿ ਗਿਆ ਮਨ ਬਿਠਾ ਦਿੱਤਾ ਕਿਉਂਕਿ ਉਹ ਤਾਂ ਪੰਜਾਬ ਤੋਂ ਮੁੰਡੇ ਆ ਗਏ ਹਾਂ ਵੈਸੇ ਇਹੀ ਮੇਰੀ ਵੀ ਜਣੀ ਜਿੱਦਾਂ ਫੈਡਰੇਸ਼ਨ ਦੇ ਸਾਰੇ ਤਕਰੀਬਨ ਬੈਠੇ ਦੇਖਦੇ ਆ ਉਹਨਾਂ ਨੂੰ ਇਹ ਚਾਹੀਦਾ ਵੀ ਜਿਹੜੇ ਮੁੰਡੇ ਇੱਥੇ ਵੀ ਆ ਇਹਨਾਂ ਦਾ ਕੁਝ ਸੋਚਣਾ ਚਾਹੀਦਾ ਨਹੀਂ ਤੇ ਐਦਾਂ ਕਿਉਂ ਨਹੀਂ ਸ਼ਰਤ ਲਾਈ ਵੈਸੇ ਵਾਲੇ ਕਿ ਕੱਚੇ ਆਵ ਨਹੀਂ ਸਕਦੇ ਦੇਖਣ ਟੂਰਨਾਮੈਂਟ ਉਸ ਵੇਲੇ ਤਾਂ ਕੱਚਿਆਂ ਦੇ ਪੈਸੇ ਸੋਹਣੇ ਲੱਗਦੇ ਆ 5 ਪਾਉਂਡ ਫੜਨ ਲਈ ਤੇ ਫਿਰ ਪਰ ਉਹਨਾਂ ਨੂੰ ਖੇਲਣ ਨਹੀਂ ਜਾਣਾ ਆਹ ਕੋਈ ਧੱਕਾ ਜਿਹਾ ਹੋ ਰਿਹਾ ਵੈਸੇ ਚਾਹੀ ਅਸੀਂ ਸਾਹਿਬ ਦਰਅਸਲ ਸਾਡੇ ਕੱਚਿਆਂ ਨਾਲ ਇੱਥੇ ਬਹੁਤ ਧੱਕਾ ਹੋ ਰਿਹਾ ਤੇ ਮੈਂ ਹੁਣ ਕਮਾਂਡਰ ਹੋਣ ਦੇ ਨਾਤੇ ਮੈਂ ਦੱਸ ਰਿਹਾ ਕਿ ਚੰਗਾ ਨਹੀਂ ਹੋ ਰਿਹਾ ਪਹਿਲਾਂ ਤਾਂ ਗੁਰਦੁਆਰੇ 'ਚ ਵੋਟਾਂ ਨਹੀਂ ਬਣਾ ਸਕਦੇ ਅੱਧਿਆਂ ਦੀਆਂ ਇਲੈਕਸ਼ਨਾਂ 'ਚ ਵੋਟਾਂ ਬਣੀਆਂ ਕੌਂਸਲ ਦੇ ਵੋਟਾਂ ਗੁਰੂ ਘਰ 'ਚ ਸਾਰੀ ਸੇਵਾ ਇਹ ਕਰਦੇ ਆ ਤੁਸੀਂ ਦੇਖਿਆ ਹੀ ਆ ਰਾਤ ਤੱਕ 11-12 ਵਜੇ ਤੱਕ ਮੱਪ ਫੇਰਦੇ ਆ ਤੇ ਸਾਰੇ ਸੇਵਾ ਕਰਦੇ ਮੁੰਡੇ ਵੀਕਐਂਡ 'ਤੇ ਕਿੰਨੀ ਸ਼ਰਧਾ ਹੁੰਦੀ ਆ ਹਾਂਜੀ ਰਾਈਟ ਤੇ ਇਹ ਮੁੰਡੇ ਕਰਦੇ ਤਾਂ ਇਹਨਾਂ ਨੂੰ
ਯਾਨੀ ਉਸ ਵੇਲੇ ਉਸ ਵੇਲੇ ਨਹੀਂ ਕੋਈ ਪਾਸਪੋਰਟ ਮੰਗਦਾ ਜਾਂ ਕਹਿੰਦਾ ਜੀ ਸਾਨੂੰ ਕੋਈ ਰੈਜ਼ੀਡੈਂਸੀ ਕਾਰਡ ਦਿਖਾ ਲਓ ਜੇ ਕੋਈ ਮੈਂ ਤਾਂ ਕਈ ਵਾਰੀ ਕਿਹਾ ਨਹੀਂ ਮੈਂ ਕਿਹਾ ਜੇ ਕੋਈ ਫੌਜੀ 11,000 ਪਾਉਣ ਦਾ ਚੈੱਕ ਲੈ ਕੇ ਚੱਲ ਜਾਵੇ ਗੁਰਦੁਆਰੇ ਫਿਰ ਨਹੀਂ ਉਹਨੂੰ ਪੁੱਛਣਾ ਕਿ ਤੇਰਾ ਜੀ ਪਾਸਪੋਰਟ ਕਿੱਥੇ ਹੈ ਜੀ ਤੂੰ ਤਾਂ ਦੇ ਨਹੀਂ ਸਕਦਾ ਪੈਸੇ ਤੂੰ ਤਾਂ ਕੱਚਾ ਹੈ ਵੈਸੇ ਇਹਨਾਂ ਨੂੰ ਰੱਖਣਾ ਚਾਹੀਦਾ ਨਾਲ ਜਿੱਦਾਂ ਹੁਣ ਟੂਰਨਾਮੈਂਟ ਹੁੰਦੇ ਇਹਨਾਂ ਨੂੰ ਖੇਡਣ ਦੇਣਾ ਚਾਹੀਦਾ ਆ ਪਤਾ ਨਹੀਂ ਕਿੱਦਾਂ ਬੰਦੇ ਜੇ ਪੱਕੇ ਜਿਹੜੇ ਕਿਸ ਤਰ੍ਹਾਂ ਆਏ ਆ ਬੜੇ ਔਖੇ ਹੋ ਕੇ ਆਏ ਆ ਚਾਹੇ ਜਿਸ ਤਰ੍ਹਾਂ ਮਰਜ਼ੀ ਆਏ ਆ ਕੋਈ ਵੀ ਬੰਦਾ ਜਿਹੜਾ ਬੰਦਾ ਸਪੋਰਟਸਮੈਨ ਆ ਮੈਂ ਤਾਂ ਕਹਿੰਦਾ ਜਿਹੜਾ ਪਲੇਅਰ ਆ ਜਿਹੜਾ ਸਪੋਰਟਸਮੈਨ ਆ ਜੇ ਉਹ ਕਿਸੇ ਵੀ ਦੂਜੇ ਵਿੱਚ ਆਪਣਾ ਭਾਗ ਲੈਣਾ ਚਾਹੁੰਦਾ ਉਹਨੂੰ ਖੁੱਲ੍ਹ ਹੋਣੀ ਚਾਹੀਦੀ ਦੇਖੋ ਜੀ ਜਿਹੜੇ ਪੰਜਾਬ 'ਚ ਇਹਨਾਂ ਨੂੰ ਅਸੀਂ ਪ੍ਰਵਾਸੀ ਮਜ਼ਦੂਰ ਭਈਏ ਸੱਦਦੇ ਜਿਹਾ ਉਹ ਕਬੱਡੀ ਖੇਡ ਸਕਦੇ ਪੰਜਾਬ 'ਚ ਖੇਡ ਸਕਦੇ ਆ ਖੇਡ ਸਕਦੇ ਹੱਕ ਹੈਗਾ ਹੱਕ ਹੈ ਵੋਟ ਵੋਟ ਵੀ ਬਣੀ ਉਹਨਾਂ ਦੀ ਹਾਂਜੀ ਰਾਸ਼ਨ ਕਾਰਡ ਵੀ ਬਣਿਆ ਉਹਨਾਂ ਨੂੰ ਕੋਈ ਪਾਸਪੋਰਟ ਹੁੰਦੇ ਕਿਤੇ ਇਹ ਤਾਂ ਗੱਲ ਹੈ ਰਾਈਟ ਇੱਥੇ ਬਾਹਲਾ ਧੱਕਾ ਹੋ ਰਿਹਾ ਤੇ ਇਸ ਚੀਜ਼ ਨੂੰ ਮੈਂ ਤਾਂ ਬੜਾ ਖਿਲਾਫ ਹੈ ਇਸ ਚੀਜ਼ ਦੇ ਮੈਂ ਆਵਾਜ਼ ਉਠਾ ਰਿਹਾ ਇਸ ਚੀਜ਼ ਦੇ ਖਿਲਾਫ ਮੈਂ ਕਈ ਗੁਰੂ ਘਰਾਂ ਨੂੰ ਕਿਹਾ ਵੀ ਕਿ ਤੁਸੀਂ ਵੋਟ ਕਿਉਂ ਨਹੀਂ ਬਣ ਦਿੰਦੇ ਤੇ ਇਹ ਤਾਂ ਬਹੁਤ ਗਲਤ ਗੱਲ ਹੈ ਜੀ ਹੁਣ ਇਹ ਤਾਂ ਬਲੈਕਮੇਲ ਹੀ ਹੋ ਗਿਆ ਸਾਡਾ ਗੁਰੂ ਉਸ ਘਰ 'ਚ ਆ ਅਸੀਂ ਤਾਂ ਨਹੀਂ ਉਹਨੂੰ ਬੋਇਕਆਊਟ ਕਰ ਸਕਦੇ ਜੇ ਹੋਰ ਕੋਈ ਸਾਨੂੰ ਕਹਿੰਦਾ ਹੋਏ ਅਸੀਂ ਜੁੱਤੀਆਂ ਲਾਈਏ ਉਹਦੇ ਅਗਲੇ ਕੁੱਟ ਕੁੱਟ ਕੇ ਇੱਟਾਂ ਪਹਿਲਾਂ ਸਿੱਟਣ ਫੌਜੀ ਜਾ ਕੇ 400 ਦੇ ਸਿਰ 'ਚ ਮਾਰੀਏ ਕਿ ਆਹ ਤੁਸੀਂ ਸਾਨੂੰ ਵੋਟ ਕਿਉਂ ਨਹੀਂ ਪਾਉਣ ਦਿੰਦੇ ਨਾਲੇ ਟੂਰਨਾਮੈਂਟ 'ਚ ਅਸੀਂ ਦੇਖਣ ਜਾ ਸਕਦੇ ਕਿਉਂ ਯਾਰ ਕੋਈ ਸਪੋਰਟਸ ਖੇਡਣਾ ਚਾਹੁੰਦਾ ਹੈ ਸਪੋਰਟਸ ਤੇ ਵੀ ਤੁਸੀਂ ਪ੍ਰਬੰਧ ਕੱਲ੍ਹ ਤੁਸੀਂ ਕਹੋਗੇ ਤੁਸੀਂ ਤਾਂ ਸਾਹਿਬ ਨਹੀਂ ਲੈ ਸਕਦੇ ਸਾਡੀ ਸਟਰੀਟ ਤੇ ਨਹੀਂ ਆ ਸਕਦੇ ਵੈਸੇ ਚਾਹੀਦਾ ਆ ਇਹਨਾਂ ਨੂੰ ਇੱਦਾਂ ਨਹੀਂ ਹੋਣਾ ਨਹੀਂ ਚਾਹੀਦਾ ਕਿਉਂਕਿ ਜਿਹੜਾ ਬੰਦਾ ਕੋਈ ਸਪੋਰਟਸਮੈਨ ਜੇ ਖੇਡਣਾ ਚਾਹੁੰਦਾ ਠੀਕ ਹੈ ਉਹਨਾਂ ਨੂੰ ਕੰਡੀਸ਼ਨਾਂ ਤੁਹਾਡੀਆਂ ਜਿਹੜੀਆਂ ਤੁਸੀਂ ਲਾਗੂ ਕੀਤੀਆਂ ਇੱਥੇ ਬੰਦੇ ਲਿਆਉਣ ਦੀਆਂ ਉਹ ਹੋਣੀਆਂ ਚਾਹੀਦੀਆਂ ਵੱਖਰੀਆਂ ਹੋਣੀਆਂ ਚਾਹੀਦੀਆਂ ਜਿਹੜਾ ਬੰਦਾ ਖੇਡਣਾ ਚਾਹੁੰਦਾ ਜੇ ਹੁਣ ਇੱਥੇ ਦਾ ਜਿਹੜਾ ਬੰਦਾ ਪੱਕਾ ਹੈ ਖੇਡ ਸਕਦਾ ਫੈਡਰੇਸ਼ਨ ਵਾਲਿਆਂ ਨੇ ਦੱਸਿਆ ਨਾ ਹੋਵੇ ਵੈਸੇ ਨੂੰ ਸਾਡੇ ਜੀ 95% ਕੱਚੇ ਹੁੰਦੇ ਜਿਹੜੇ ਦੇਖਣ ਆਉਂਦੇ ਆ ਪਹਿਲਾਂ ਜਿੱਦਾਂ 2 ਸਾਲ ਪਹਿਲਾਂ ਸੀ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ ਜਦ ਇਹ ਆ ਪਤਾ ਨਹੀਂ ਵਰਕ ਪਰਮਿਟ ਪਤਾ ਨਹੀਂ ਕਿਹੜਾ ਪਰਮਿਟ ਤੇ ਸ਼ੁਰੂ ਹੋਇਆ ਮੈਂ ਚਾਹੂੰਗਾ ਕਿ ਫੈਡਰੇਸ਼ਨ ਉਹ ਤਾਂ ਤੁਹਾਨੂੰ ਜ਼ਿਆਦਾ ਪਤਾ ਹੋਣਾ ਕਿ ਕੋਈ ਨਾ ਕੋਈ ਆਵੇ ਉਹਦਾ ਸਾਨੂੰ ਦੇਵੇ ਸਪਸ਼ਟੀਕਰਨ ਇਸ ਚੀਜ਼ ਦਾ ਕਿ ਉਹ ਇਹ ਗੱਲ ਗਲਤ ਆ ਨਾਲੇ ਗੁਰੂ ਘਰ ਵਾਲਿਆਂ ਨੂੰ ਵੀ ਮੈਂ ਦਿੰਦਾ ਸੱਦਾ ਕਿ ਜਿਹੜੇ ਫੌਜੀਆਂ ਦੇ ਵੋਟ ਨਹੀਂ ਬਣਾਉਂਦੇ ਕਿ ਉਹ ਇੱਥੇ ਆ ਕੇ ਸਪਸ਼ਟੀਕਰਨ ਦੇਣ ਤੇ ਤੁਸੀਂ ਕਿਉਂ ਨਹੀਂ ਫੌਜੀਆਂ ਨੂੰ ਵੋਟ ਬਣਾਉਣ ਦੇਣੀ ਤੁਹਾਡੇ ਕੀ ਪਾਬੰਦੀਆਂ ਹੈ ਹਾਂਜੀ ਹਾਂ ਕਿ ਜਾ ਕੇ ਫੌਜੀਆਂ ਨੇ ਤੁਹਾਡਾ ਕੀ ਵਿਗਾੜਿਆ ਤੁਹਾਡੇ ਕੀ ਇਹਨਾਂ ਨੇ ਮਾਂਹ ਚੱਕੇ ਹੋ ਇਹਨਾਂ ਨੇ ਕੀ ਤੁਹਾਡੇ ਹੈ ਕਿ ਆ ਜੀ ਬਹੁਤ ਗਲਤ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਇਹਦੇ ਵਿੱਚ 18-18-20 ਘੰਟੇ ਕੰਮ ਕਰਦੇ ਮੈਂ ਤੁਹਾਨੂੰ ਦੱਸਦਾ ਇਹਦੇ ਬਾਰੇ ਮੈਂ ਸਮਾਂ ਕਹੂੰਗਾ ਕਿ ਜੇ ਤੁਹਾਨੂੰ ਕੋਈ ਇਹਦੇ ਬਾਰੇ ਗੱਲ ਕਰਨੀ ਤੁਸੀਂ ਹੁਣੀ ਫੋਨ ਕਰੋ ਤੇ ਅਸੀਂ ਤੁਹਾਡੀ ਆਵਾਜ਼ ਸਾਰੀ ਏਅਰ ਤੇ ਲੈ ਕੇ ਆਉਂਗੇ ਤਾਂ ਸੁਣਾਵਾਂਗੇ ਮੇਰੇ ਖਿਆਲ ਨਾਲ ਫੌਜੀਆਂ ਨਾਲ ਧੱਕਾ ਹੋ ਰਿਹਾ ਇਸ ਮੁਲਕ ਵਿੱਚ ਤੁਸੀਂ ਤਾਂ ਕਹਿਣਾ ਤੂੰ ਤਾਂ ਕਹਿਣਾ ਹੀ ਆ ਕਿ ਉਹਦੇ ਤੇ ਗਾਹ ਕਈ ਆ ਪਰ ਜਿੱਥੇ ਦਵਕਣ ਆ ਅਸੀਂ ਦਵਕ ਵੀ ਦੇਈਦਾ ਇਹ ਨਹੀਂ ਕਿ ਸਾਰੇ ਫੌਜੀ ਮੈਨੂੰ ਲਵ ਕਰਦੇ ਆ ਕਈ ਕਹਿੰਦੇ ਭਾਈ ਤੁਸੀਂ ਸਾਡੇ ਤਵਾ ਬੋਲ ਲਾਉਂਦੇ ਤੇ ਮੈਂ ਕਿਹਾ ਠੀਕ ਹੈ ਜੀ ਜੇ ਤੁਸੀਂ ਪੁੱਤ ਨੂੰ ਕਹੀ ਆ ਉਹਨੂੰ ਬਹੁਤ ਚੰਗਾ ਤਾਂ ਮੂੰਹ ਹੀ ਚੁੰਮੀ ਜਾਓ ਬਾਅਦ ਚੋ ਹੀ ਖਰਾਬ ਕਰਦਾ ਤੁਹਾਨੂੰ ਤੇ ਦਰਅਸਲ ਕਈ ਪ੍ਰੋਬਲਮ ਆਇਆ ਹੁਣ ਸਾਡੇ ਇਮੀਗ੍ਰੇਸ਼ਨ ਵਾਲੇ ਗੱਲ ਕਰੀਏ ਤੇ ਹਾਂ ਸਾਡੇ ਜੋ ਹੁਣ ਅੱਧਾ ਘੰਟਾ ਸੀ ਇਹੀ ਟੋਕ ਕਰੀ ਹੁਣ ਮੈਨੂੰ ਪਤਾ ਲੱਗਾ ਵੀ ਜਿੱਦਾਂ ਇਹ ਆਪਣੇ ਸਾਊਥ ਹਾਲ ਵੀ ਕੋਈ ਇਮੀਗ੍ਰੇਸ਼ਨ ਦਾ ਕੋਈ ਆਫਿਸ ਖੋਲਣਾ ਹੈ ਕਿ ਸਾਡੇ ਸਾਊਥ ਹਾਲ ਵਿੱਚ ਮੈਨੂੰ ਖਬਰ ਮਿਲੀ ਆ ਇਹ ਪਤਾ ਨਹੀਂ ਕਿੰਨੀ ਸੱਚ ਹੈ ਨਹੀਂ ਮੈਂ ਉਹ ਤਾਂ ਹੀ ਕਿ ਸਾਊਥ ਹਾਲ ਇਮੀਗ੍ਰੇਸ਼ਨ ਵਾਲਾ ਮੈਂ ਜਦੋਂ ਆਇਆ ਸੀ ਮੈਨੂੰ ਕਈਆਂ ਨੇ ਫੋਨ ਕਰਕੇ ਕਿਹਾ ਵੀ ਭਾਜੀ ਨੇ ਜ਼ਰੂਰ ਇਹ ਗੱਲ ਪੁੱਛਿਓ ਹਾਂ ਇਹ ਖੁੱਲਣ ਲੱਗਾ ਮੈਨੂੰ ਪਤਾ ਵੀ ਕਿ ਕਿੱਥੇ ਖੁੱਲਣ ਲੱਗਾ ਪਰ ਮੈਂ ਕਹਿ ਨਹੀਂ ਸਕਦਾ ਜਦ ਤੱਕ ਖੁੱਲਦਾ ਨਹੀਂ ਅੱਛਾ ਅੱਛਾ ਪਰ ਲੱਗ ਗਈ ਆ ਕੋਈ ਗੱਲ ਨਹੀਂ ਬ੍ਰੌਡਵੇ ਦੇ ਕਿ ਉਹ ਤਕਲੀਫ ਹੁੰਦੀ ਸੀ ਨਾ ਸਾਡੇ ਹੌਂਸਲੋ ਜਾਣ ਨੂੰ ਈਟਨ ਹਾਊਸ ਜਾਣ ਨੂੰ ਤਾਂ ਆਪਣੇ ਮੁੰਡਿਆਂ ਨੂੰ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਲਾਗੇ ਆ ਜਾਂਦੇ ਅੱਛਾ ਅੱਛਾ ਤੇ ਨਾਲੇ ਹੁਣ ਸਾਊਥ ਹਾਲ ਤਾਂ ਮਸ਼ਹੂਰ ਹੋ ਗਿਆ ਤੁਸੀਂ ਪਿਛਲੇ ਹਫ਼ਤੇ ਦੇਖਿਆ ਹੋਣਾ ਬਾਰਡਰ ਫੋਰਸ ਪ੍ਰੋਗਰਾਮ ਤੇ ਪੂਰਾ ਸਾਊਥ ਹਾਲ ਘੰਟਾ ਦਿਖਾਇਆ ਸੀ ਅੱਜ ਵੀ 9 ਵਜੇ ਆਉਣਾ 106 ਨੰਬਰ ਸਕਾਈ 1 ਤੇ ਅੱਜ ਦੂਸਰਾ ਐਪੀਸੋਡ ਆਉਣਾ ਉਹਦਾ 10 ਹਿੱਸੇ ਆ 9 ਵਜੇ ਸਾਡੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਜ਼ਰੂਰ ਦੇਖਿਓ ਉਹ ਤੇ ਉਹ ਦੇਖਿਓ ਉਹ 'ਚ ਕਿੰਨਾ ਹਾਈਲਾਈਟ ਕੀਤਾ ਪੰਜਾਬੀ ਦਿਖਾ ਲਿਓ ਪਿਛਲੇ ਹਫ਼ਤੇ ਦਾ ਇੱਕ ਸਿੰਘ ਦਿਖਾ ਲਿਆ ਵਿਚਾਰਾ ਗਲਾਸਗੋ 'ਚ 5 ਦਿਨਾਂ ਬਾਅਦ ਫੜ ਹੋ ਗਿਆ ਸੀ ਉਹਨੂੰ ਜਾਣਾ ਪਿਆ ਪਿੰਡ 5 ਦਿਨਾਂ ਬਾਅਦ ਵਿਚਾਰਾ ਆਇਆ ਨੂੰ ਫੜ ਹੋ ਗਿਆ 5 ਦਿਨਾਂ ਬਾਅਦ ਰੋਟੀ ਵੀ ਨਹੀਂ ਵੇਲੀ ਵਿਚਾਰੇ ਨਾਲੇ ਭਾਂਡੇ ਹੀ ਮਾਂਜਣ ਆਇਆ ਸੀ ਸਵੇਰੇ ਤੇ ਉਹ ਸਵੇਰੇ ਫੜ ਲਿਆ ਤੇ ਚਾਰ ਤੱਕ ਹੀ ਉਹ ਵਿਚਾਰੇ ਉਹਦੇ ਰਿਸ਼ਤੇਦਾਰ ਤੋਂ ਵਿਚਾਰੇ ਜਿਸ ਵੇਲੇ ਇਮੀਗ੍ਰੇਸ਼ਨ ਆਈ ਉਹ ਕਹਿੰਦੇ ਆ ਲਓ ਪਾਸਪੋਰਟ ਦਾ ਚਾਰ ਦੇ ਭਰਾਵਾਂ ਨੂੰ ਅੱਛਾ ਜੀ ਤੇ ਇਹ ਸਾਊਥ ਹਾਲ ਵਿੱਚ ਜੋ ਤੁਹਾਡੇ ਦੇਸ਼ ਪ੍ਰਦੇਸ਼ ਦਫ਼ਤਰ ਦੇ ਲਾਗੇ ਇੱਕ ਦਫ਼ਤਰ ਸੀਗਾ ਯੂਨੀ ਵੀਜ਼ਾ ਵਾਲਿਆਂ ਦਾ ਉਹਦੇ ਵਿੱਚ ਜੋ ਫਰੌਡ ਕਰਾ ਰਹੇ ਸੀ ਸਟੂਡੈਂਟ ਉਹ ਦਿਖਾ ਲਿਆ ਇਹ ਜੋ ਹੁਣ ਫੌਜੀਆਂ ਨੂੰ ਤਕਲੀਫਾਂ ਆ ਰਹੀਆਂ ਨਾ ਪੱਕੇ ਨਹੀਂ ਹੋ ਰਹੇ ਇਮੀਗ੍ਰੇਸ਼ਨ ਵਾਲੇ ਕ੍ਰੈਕ ਡਾਊਨ ਕਰ ਰਹੇ ਇਹ ਸਟੂਡੈਂਟਾਂ ਦੀ ਮਿਹਰਬਾਨੀ ਆ ਜਿਹੜੀ ਗਲਤ ਗਲਤ ਕਾਲਜਾਂ ਲੈ ਕੇ ਪੜ੍ਹਾਈ ਐਡਮਿਸ਼ਨ ਲੈਂਦੇ ਸੀਗੇ ਉਹਨਾਂ ਨੇ ਹੁਣ ਪੰਜਾਬੀਆਂ ਨੂੰ ਹਾਈਲਾਈਟ ਕਰਾਤਾ ਨਾਲੇ ਆਪਣੇ ਪਾਸਪੋਰਟ ਵੀ ਫਸ ਕੇ ਰਹਿ ਗਏ ਨਾਲੇ ਵਿਚਾਰੇ ਫੌਜੀ ਵੀ ਕੋਈ ਕਾਨੂੰਨ ਇਹੋ ਜਿਹਾ ਕਰਾਓ ਪਾਸ ਜਿਹੜੇ ਸਾਰੇ ਪੱਕੇ ਹੋ ਜਾਣ ਇਹਨਾਂ 'ਚੋਂ ਹਾਂ ਬਿਲਕੁਲ ਇਹ ਕਰਾਓ ਨਾਲੇ ਜਦੋਂ ਪੁੱਠੀਆਂ ਹਰਕਤਾਂ ਕਰੋ ਫਿਰ ਤਾਂ ਗੌਰਮੈਂਟ ਬਹੁਤ ਖੁਸ਼ ਹੁੰਦੀ ਆ ਕਹਿੰਦੇ ਕਿ ਤੁਹਾਡੇ ਵਰਗੇ ਬੰਦਿਆਂ ਦੀ ਬਹੁਤ ਲੋੜ ਹੈ ਸਾਨੂੰ
ਫੌਜੀਆਂ ਨਾਲ ਇਸ ਵੇਲੇ ਧੱਕਾ ਹੋ ਰਿਹਾ ਇਸ ਮੁਲਕ ਵਿੱਚ ਜਾਂ ਨਹੀਂ, ਜਾਂ ਜੋ ਹੋ ਰਿਹਾ ਇਹਨਾਂ ਨਾਲ ਸਹੀ ਹੋ ਰਿਹਾ, ਜਾਂ ਇਹਨਾਂ ਦੇ ਆਪਣੀਆਂ ਹੀ ਇਹ ਕੀਤੇ ਪਾ ਰਹੇ ਆ, ਜਾਂ ਇਹ ਸਾਡੀ ਕਮਿਊਨਿਟੀ ਦਾ ਇਸ਼ੂ ਕਿ ਅਸੀਂ ਇਹਨਾਂ ਨਾਲ ਜਾਤੀ ਕਰ ਰਹੇ ਹਾਂ, ਤੁਸੀਂ ਕੋਈ ਵੀ ਆ ਕੇ ਆਪਣਾ ਫੋਨ ਕਰੋ ਤਾਂ ਸਾਡੇ ਨਾਲ ਗੱਲਬਾਤ ਕਰੋ। ਠੀਕ ਹੈ, ਇੱਕ ਹੋਰ ਮਸਲਾ ਤੇ ਸੀ ਸਾਹਿਬ ਕਿ ਵਿਆਹਾਂ ਦਾ ਜਿਹਦੇ ਬਾਰੇ ਗੱਲ ਕਰੇਗੇ ਕਿ ਅੱਜ ਕੱਲ੍ਹ ਜਿਹੜੇ ਮੁੰਡੇ ਕੁੜੀਆਂ ਇੰਡੀਆ ਤੋਂ ਆ ਰਹੇ ਆ ਬਹੁਤ ਅਣਬਣ ਹੋ ਰਹੀ, ਸੈਟਿੰਗ ਇਹ ਨਹੀਂ ਹੋ ਰਹੀ ਜਨਤਾ ਦੀ, ਅਤੇ ਕਈਆਂ ਨਾਲ ਤਾਂ ਵਿਚਾਰੀਆਂ ਨਾਲ ਬਹੁਤ ਧੱਕਾ ਹੁੰਦਾ ਕਿ ਉਹਨਾਂ ਨੂੰ ਰਾਤੋਂ ਰਾਤ ਇੰਡੀਆ ਛੱਡ ਆਉਂਦੇ, ਮੁੜ ਕੇ ਉਹਦੇ ਪਾਸਪੋਰਟ ਗਵਾ ਦਿੰਦੇ, ਉਹ ਆ ਨਹੀਂ ਸਕਦੀ, ਇੱਥੋਂ ਲੈ ਜਾਂਦੇ ਆ, ਇੱਥੋਂ ਲੈ ਜਾਂਦੇ ਆ। ਹਾਂਜੀ, ਕੁੜੀ ਨੂੰ ਪਹਿਲਾਂ ਸੱਦ ਲੈਂਦੇ ਆ, ਹਾਂਜੀ, ਭਾਂਡੇ ਭੁੰਡੇ ਮਜਾ ਕੇ 6 ਮਹੀਨੇ ਬਸ ਕਰੀ ਕਰਾ ਕੇ, ਇਹ ਤਾਂ ਸਾਡੇ ਪਸੰਦ ਨਹੀਂ ਆਏ, ਇੰਡੀਆ ਛੱਡ ਆਉਂਦੇ ਫਿਰ ਨੱਠੇ ਆਉਂਦੇ ਆ। ਵੈਸੇ ਇਹ ਤਾਂ ਹੈਗੀ ਮਾੜੀ ਗੱਲ ਹੈ, ਕਿਉਂਕਿ ਕਿਸੇ ਦੀ ਲੜਕੀ ਨੂੰ ਹੈ ਨਾ, ਕਿਉਂਕਿ ਸਾਰਿਆਂ ਦੇ ਲੜਕੀਆਂ ਜੰਮੀਆਂ ਆ, ਸਾਰੇ ਦੁੱਖ ਸਾਰਿਆਂ ਨੂੰ ਇੱਕੋ ਜਿਹਾ ਧੀਆਂ ਦਾ ਹੁੰਦਾ ਹੈ, ਕਈਆਂ ਨੂੰ ਇੱਦਾਂ ਆ, ਕਈ ਇੱਦਾਂ ਆਉਂਦੇ ਮੁੰਡੇ ਕਿ ਮੇਰੇ ਪੱਪੂ ਨੇ ਤਾਂ ਜੀ ਹੱਥ ਨਹੀਂ ਲਾਇਆ ਕਦੇ ਕਿਸੇ ਚੀਜ਼ ਤੋਂ, ਕਿ ਮੈਂ ਤਾਂ ਜੀ ਇਹ ਤੋਂ ਇਹ ਤੋਂ ਪਿਆਰ ਨਾਲ ਰੱਖਿਆ, ਇਹਨੂੰ ਕਿੱਥੋਂ ਕੰਮ ਕਰਨ, ਮੁੰਡੇ ਇੰਨੀ ਆਕੜ ਨਾ ਉਹਦੇ, ਕਹਿੰਦੇ ਸਹੁਰੇ ਹੀ ਸਾਰਾ ਕੁਛ ਦੇਣ, ਕੰਮ ਨਹੀਂ ਕਰਨਾ ਅਸੀਂ, ਕੰਮ ਨਹੀਂ ਕਰਨਾ, ਕੁਛ ਨਹੀਂ ਕਰਨਾ ਅਸੀਂ। ਉਹ ਤਾਂ ਇੱਦਾਂ ਜਿੱਦਾਂ ਜਵਾਈ ਰਾਜ ਹੁੰਦਾ ਨਾ ਪੂਰਾ, ਨਾਲੇ ਘਰ ਜਵਾਈ ਵੀ ਨਾਲੇ ਮੌਜਾਂ ਵੀ ਕਰਦੇ ਆ, ਨਾਲੇ ਕਹਿੰਦੇ ਅਸੀਂ ਕੰਮ ਲੈ, ਸਾਡੇ ਤਾਂ ਮੰਮੀ ਡੈਡੀ ਨੇ ਨਹੀਂ ਸਾਡੇ ਤੋਂ ਕੰਮ ਕਰਾਇਆ। ਵੈਸੇ ਇੱਕ ਗੱਲ ਹਰਜਾਬ ਸਿੰਘ, ਇਹ ਗਲਤ ਹੈਗੀ, ਵੈਸੇ ਸਹੀ ਸਹੀ ਮੇਰਾ ਕਹਿੰਦਾ ਮਤਲਬ ਇੱਦਾਂ ਆ, ਸਾਡੇ ਜਦੋਂ ਅਸੀਂ ਉੱਥੇ ਵੀ ਪੜ੍ਹਦੇ ਸੀ, ਅਸੀਂ ਵੀ ਪੜ੍ਹਦੇ ਸੀ, ਸਾਡੇ ਕੋਲ ਮੰਮੀਆਂ ਡੈਡੀਆਂ ਨੇ ਇੱਧਰ ਆਪਾਂ ਕੋਲ ਕੰਮ ਕਰਾਇਆ ਹੀ ਨਹੀਂ ਹੈਗਾ, ਜਦੋਂ ਇੱਥੇ ਅਸੀਂ ਵੀ ਆਏ ਹਾਂ ਬੜਾ ਔਖੇ ਹੋਏ, ਹਜੇ ਵੀ ਘਰ ਵਾਲੀਆਂ ਗਾਲਾਂ ਕੱਢਦੀਆਂ, ਤੁਹਾਨੂੰ ਕਿਸੇ ਨੇ ਸਿਖਾਇਆ ਹੀ ਕੱਖ ਨਹੀਂ। ਵੈਸੇ ਬੜੀ ਇਹ ਘਾਟ ਹੈ ਸਾਡੇ, ਸਾਨੂੰ ਮੋਟਰਸਾਈਕਲ ਦੇ ਰੇੜੀਆਂ ਦੇ ਸਿਖਾਇਆ ਮਾਡਲ ਟਾਊਨ ਤੇ, ਵੈਸੇ ਬੜੀ ਘਾਟ ਰਹਿ ਗਈ, ਉਹ ਹੀ ਸਾਡੇ ਕਈ ਵਾਰੀ ਅਸੀਂ ਉਹਨੂੰ ਰਿਪੀਟ ਕਰ ਜਾਂਦੇ, ਅਸੀਂ ਤਾਂ ਕੁਛ ਕੀਤਾ ਹੀ ਨਹੀਂ ਹੈਗਾ, ਅਤੇ ਹੁਣ ਇੱਥੇ ਤਾਂ ਫਿਰ ਸਾਰਾ ਕੁਛ ਕਰਨਾ ਪੈਂਦਾ ਹੈ, ਸਾਰਾ ਉਬਰ ਹਾਵਰ ਸਾਰਾ ਰੋਟੀ ਪਾਣੀ ਵੀ ਬਣਾ ਕੇ, ਫਿਰ ਭਾਂਡਿਆਂ ਦੇ ਵੀ ਗੇੜਾ ਦੇਣਾ ਪੈਂਦਾ ਆ। ਪਰ ਇੱਥੇ ਜਦੋਂ ਲੋਕ ਆਉਂਦੇ ਆ, ਹਾਂਜੀ, ਉਹ ਬਾਹਲਾ ਚਾਹ ਜਿਹਾ ਲੈ ਜਾਂਦਾ ਬਹੁਤ ਛੇਤੀ ਬਲੈਤ ਦਾ, ਚਾਹ ਤਾਂ ਮੇਰਾ ਖਿਆਲ ਹੈ ਵੀ ਬਾਹਲਾ ਟਾਈਮ ਨਹੀਂ ਰਹਿੰਦਾ, ਚਾਹ ਬਾਹਲਾ ਟਾਈਮ ਨਹੀਂ ਰਹਿੰਦਾ, ਜਾਣੀ ਜੋ ਬਲੈਤ ਦੇ ਸੁਪਨੇ ਲੈ ਕੇ ਆਏ ਸੀ, ਹਾਂਜੀ, ਜੋ ਇੱਥੇ ਪਤਾ ਲੱਗਦਾ ਕਿ ਰੂਫ ਤੇ ਚੜ੍ਹਨਾ ਪੈਂਦਾ ਠੰਡ 'ਚ, ਸਨੋਅ ਆ ਰਹੀ ਹੁਣ ਮੇਰੇ ਵੀਰੋ, ਰੂਫ ਤੇ ਟਾਈਲਾਂ ਚਾੜ੍ਹਨੀਆਂ ਪੈਣੀਆਂ, ਬਹੁਤ ਔਖਾ, ਬਹੁਤ ਔਖਾ ਚਾੜ੍ਹੀਆਂ ਅਸੀਂ, ਸਾਨੂੰ ਪਤਾ ਕਿੰਨਾ ਔਖਾ ਹੁੰਦਾ। ਉਦੋਂ ਫਿਰ ਚੇਤਾ ਆਉਂਦਾ ਵੀ ਬੇਬੇ ਜਿੱਦਾਂ ਪਕਾ ਕੇ ਦਿੰਦੀ ਸੀ, ਬਾਪੂ ਦੀ ਕਮਾਈ ਤੇ ਕਿੱਦਾਂ ਐਸ਼ ਕੀਤੀ ਆ, ਜਿੱਦਾਂ ਇੱਕ ਮੈਨੂੰ ਸਾਡਾ ਡੈਡੀ ਕਹਿੰਦਾ ਸੀ ਵੀ ਜਦੋਂ ਬਾਪੂ ਬਾਪੂ ਕਹਿੰਦੇ ਸੀ ਬੜਾ ਹੀ ਸੁੱਖ ਲੈਂਦੇ ਸੀ, ਜਦ ਬਾਪੂ ਕਹਾਇਆ ਤੇ ਬੜਾ ਦੁੱਖ ਪਾਇਆ। ਬਿਲਕੁਲ, ਫਿਰ ਹੁਣ ਪਤਾ ਵੀ ਸਾਰੇ ਕੰਮ ਕਰਨੇ ਪੈਂਦੇ ਆ, ਹੁਣ ਅਸੀਂ ਸਾਰਿਆਂ ਨੂੰ ਕਹੋਗੇ ਕਿ ਤੁਸੀਂ ਫੋਨ ਕਰੋ ਤਾਂ ਸਾਡੇ ਨਾਲ ਹੁਣ ਅੱਧਾ ਘੰਟਾ ਗੱਲਬਾਤ ਕਰ ਸਕਦੇ ਆ। ਮੇਰੇ ਖਿਆਲ ਕਾਲਰ ਆ ਲਾਈਨ ਤੇ, ਤੇ ਬੜਾ ਚਿਰ ਹੋ ਗਿਆ ਉਹਨਾਂ ਨੂੰ ਵੇਟ ਕਰਦੇ ਨੂੰ, ਚਲੋ ਅੱਜ ਫ੍ਰੀ ਆ, ਅੱਜ ਕਿਹੜਾ ਬਿੱਲ ਪੈਂਦਾ, ਗੱਲਬਾਤ ਕਰਦੇ ਉਹਨਾਂ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਈ, ਮੈਂ ਮਨਜੀਤ ਸਿੰਘ ਬੋਲ ਰਿਹਾ ਐਲਫੋਰਡ ਤੋਂ। ਹਾਂਜੀ ਭਾਜੀ, ਤਾਂ ਪਹਿਲਾਂ ਤਾਂ ਮੈਂ ਕਹਾਂਗਾ ਤੁਸੀਂ ਹੈ ਨਾ ਬੜੇ ਵਧਾਈ ਦੇ ਪਾਤਰ ਹੋ। ਥੈਂਕ ਯੂ। ਜਿਹੜਾ ਹੈ ਨਾ ਤੁਸੀਂ ਮੈਂ ਤੁਹਾਡਾ ਟੌਪਿਕ ਸੁਣ ਰਿਹਾ ਆਣ ਕੇ ਹੈ ਨਾ, ਤਾਂ ਮੈਂ ਕਹਿੰਦਾ ਪਹਿਲਾ ਬੰਦਾ ਮੈਂ ਇੰਗਲੈਂਡ 'ਚ ਵੇਖਿਆ ਹੋਣਾ ਜਿਹੜਾ ਬੰਦਾ ਹੈ ਨਾ ਕੱਚਿਆਂ ਲਈ ਆਵਾਜ਼ ਕੱਢ ਰਿਹਾ। ਅਸੀਂ ਤਾਂ ਪਹਿਲਾਂ ਤੋਂ ਹੀ ਕਰਦੇ ਹਾਂ ਭਰਾ। ਹਾਂਜੀ ਭਾਜੀ, ਨਹੀਂ ਮੈਂ ਤਾਂ ਵੀ ਰਿਹਾ ਕੱਚਿਆਂ ਨਾਲ। ਦੇਖੋ ਤੁਹਾਡਾ ਫਰਾਈਡੇ ਵੀ ਮੈਂ ਮੰਡੇ ਹੀ ਪ੍ਰੋਗਰਾਮ ਦੇਖਦਾ ਉਹ ਨਾ, ਤੇ ਤੁਸੀਂ ਹਰ ਟਾਈਮ ਇਹੀ ਨਾਰਾ ਹੁੰਦਾ ਤੁਹਾਡਾ ਕਿ ਇਹਨਾਂ ਲਈ ਹੈ ਨਾ ਕੁਛ ਕਰੀਏ। ਬਾਕੀ ਮੈਨੂੰ ਕਿਉਂ ਨੀ ਦਰਦ ਹੁੰਦੀ, ਜਾਂ ਮੇਰੇ ਨੇਬਰ ਨੂੰ ਘੱਟ ਨੀ ਹੁੰਦੀ ਵੀ ਯਾਰ ਕੱਚਾ ਬੰਦਾ ਹੈਗਾ, ਚੱਲ ਇਹਦੇ ਲਈ ਵੀ ਕੋਈ ਸੋਚੋ। ਭਾਜੀ ਦੇਖੋ, ਸਿਚੁਏਸ਼ਨ ਹੀ ਇੱਦਾਂ ਆ ਕਿ ਜਦੋਂ ਤੁਸੀਂ ਮਜਬੂਰ ਬੰਦਾ ਦੇਖਦੇ ਆ ਨਾ, ਤਾਂ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ। ਇੱਕ ਤਾਂ ਹੁੰਦੇ ਜੋ ਸੋਚਦੇ ਇਹਨਾਂ ਦੀ ਮਦਦ ਕਰੀਏ, ਇੱਕ ਸੋਚਦੇ ਕਹਿੰਦੇ ਮਜਬੂਰੀ ਦਾ ਫਾਇਦਾ ਉਠਾਈਏ। ਇੱਥੇ ਜੋ 99% ਵਕੀਲ ਆ ਨਾ, ਕਹੋ ਚਲੋ ਕਈ ਕਹਿਣਾ ਚਾਹੀਦਾ, ਪਰ ਆਮ ਤੌਰ ਤੇ ਆਪਣੇ ਜਿਹੜੇ ਵਕੀਲ ਆ ਉਹ ਮਜਬੂਰਾਂ ਦਾ ਫਾਇਦਾ ਉਠਾਉਂਦੇ ਆ, ਜੇ ਬੰਦਾ ਅੜਕ ਕੇ ਆਇਆ ਤਾਂ ਹੁਣ ਪੈਸੇ ਪੂਸੇ ਝੁੰਡ ਲਈ ਇਹਨੂੰ ਝੂਠ ਝਾਟ ਬੋਲ ਕੇ। ਮੈਂ ਇੱਦਾਂ ਬਹੁਤ ਦੇਖਿਆ, ਇਸ ਲਈ ਮੈਂ ਸੋਚਦਾ ਕਿ ਨਹੀਂ ਅਸੀਂ ਉਹ, ਮੈਂ ਹਾਲਾਤਾਂ ਵਿੱਚ ਜਿੱਦਾਂ ਦੇਖਿਆ ਖੁਦ, ਮੈਂ ਕੱਚੇ ਬੰਦਿਆਂ ਨਾਲ ਰਹਿੰਦਾ ਰਿਹਾ, ਮੈਂ ਆਪ ਨਹੀਂ ਫੌਜੀ ਕਦੇ ਰਿਹਾ, ਮੈਂ ਲੋਕਾਂ ਨੇ ਤਾਂ ਬਣਾਤੀ ਕਿ ਹਾਂ ਹਰਜਾਬ ਵੀ ਫੌਜੀ ਆ। ਮੈਨੂੰ ਇੱਕ ਵਾਰੀ ਕਹਿੰਦੇ ਭਾਜੀ ਜੋ ਤੁਸੀਂ ਫੌਜੀ ਸੀ ਕਿੱਦਾਂ ਲੱਗਾ ਤੁਹਾਨੂੰ, ਮੈਂ ਕਿਹਾ ਜਦੋਂ ਤੁਸੀਂ ਹੁਣ ਗੱਲ ਨਾਲ ਚੱਲੇ, ਤੁਸੀਂ ਇਹ ਦੱਸੋ ਤੁਸੀਂ ਇੰਡੀਆ ਬੋਰਨ ਹੋਏ ਜਾਂ ਇੱਥੇ ਹੋਏ ਸੀ? ਮੈਂ ਇੱਥੇ ਹੀ ਜੰਮਿਆ, ਇੱਥੇ ਜੰਮਿਆ, ਕਿਉਂਕਿ ਪੰਜਾਬੀ ਸੁਣ ਕੇ ਕਈ ਵਾਰੀ ਪੁੱਛਦੇ ਲੋਕੀ ਮੈਨੂੰ, ਅਸੀਂ ਛੋਟੇ ਹੁੰਦੇ ਜਾਂਦੇ ਰਹੇ। ਪਰ ਭਾਜੀ ਗੱਲ ਇਹ ਸੀ, ਮਜਬੂਰੀਆਂ ਦੇਖੀਆਂ ਲੋਕਾਂ ਦੀਆਂ, ਕੋਈ ਵੀ ਬੰਦਾ ਮੇਰੇ ਖਿਆਲ ਨਾਲ ਆਪਣੇ ਚਾਅ ਨਾਲ ਨਹੀਂ ਆਉਂਦਾ ਕਿ ਮੈਂ ਕੱਚਾ ਰਹਾਂ ਮਜਬੂਰੀ। ਹਾਂਜੀ, ਕੋਈ ਵੀ ਬੰਦਾ ਇਹ ਵੀ ਨਹੀਂ ਸੋਚਦਾ ਹੋਣਾ ਕਿ ਮੈਂ ਜੀ ਜੰਗਲਾਂ ਵਿੱਚੋਂ ਜਾ ਕੇ ਕਿਸੇ ਹੋਰ ਮੁਲਕ ਜਾਵਾਂ, ਕੋਈ ਚਾਅ ਨਾ, ਉਹ ਇੱਥੇ ਮਜਬੂਰੀ ਲਈ ਆਉਂਦੇ ਭਾਜੀ ਕੋਈ ਨਾ ਕੋਈ। ਤੇ ਉਹਦੇ ਵਿੱਚ ਇਹ ਆ ਕਿ ਮਜਬੂਰੀ ਵਿੱਚ ਸਾਨੂੰ ਕਮਿਊਨਿਟੀ ਨੂੰ ਆਪਣੇ ਇੱਕ ਦੂਜੇ ਦੀ ਹੈਲਪ ਕਰਨਾ ਚਾਹੀਦਾ। ਬਾਕੀ ਕੌਮਾਂ ਤੁਸੀਂ ਦੇਖੋ ਸਾਰੀਆਂ ਹੈਲਪ ਕਰਦੀਆਂ ਇੱਕ ਦੂਜੇ ਦੇ ਬੰਦੇ, ਸਾਡੀ ਕੌਮ ਹੈ ਇੱਕ, ਅਸੀਂ ਵੀ ਕਰਦੇ ਹਾਂ, ਫੜਾਉਂਦੇ ਇੱਕ ਦੂਜੇ, ਅਸੀਂ ਫੜਾਉਂਦੇ ਇੱਕ ਦੂਜੇ ਨੂੰ।
देखो थे बंद आउटसाइड बंद की लोड ही नहीं किसी आउटसाइड एनमी की कोई शत्रु की जरूरत ही नहीं आप एक दूजे के दुश्मन बने पे हां बड़ी गल सची आ पर बड़ी ठेस ही लगती गल भाजी इतने आके पता की आपा कहेंगे असि बड़े है ना बदकिस्मती आ साडी साडे च चीजा देखो साडे महाराज ने है ना के उन्हें चार उदासियां गुरु नानक देव जी साहब ने कीतियां सी है ना छोटी भाण देखी दी है कि गलती पंजाह पैसे चल जाने ना पाउंड सारा दिन अफसोस च रही जो 10 मिंटा का पैकेट गवाच गया होंगे अपना कच्चे बंदे ना इस वेले धक्का असी अपनी कम्यूनिटी कर रहे हैं नहीं भाजी मैं जित तक मैं देखिया है हो रहा हाँ, अच्छा। मैं तो 99% कहंगा के हो रहा एक परसन मैं हूं इदा कह जिदा है वो कहते सोच है ना जिम्मे एक हूं तो वर्गे ने सोच नहीं है ना महान सोच नहीं दे मालक हो तुम ये चीज बारे सोच रहे हो कि है ना साडी कम्यूनिटी धक्का कर रही है अपने बंदे कर रहे यार गोरिया ने तो करना है साडे नाल साडे ही बंदे कहंदे कि तुसी गुरु घर आके सानू असी वोट नहीं देना ਭਾਜੀ ਕਿਧਰੇ ਵੀ ਹੈ ਨਾ ਤੁਸੀਂ ਗੁਰੂ ਘਰ ਲੈ ਲਓ ਆ ਟੂਰਨਾਮੈਂਟ ਹੋ ਰਹੇ ਨੇ ਇੰਨਾ ਲੈ ਲਓ ਤੁਸੀਂ ਕਹੋ ਆਪਣੀ ਅੰਬੈਸੀ ਜਾ ਕੇ ਦੇਖ ਲਓ ਉੱਥੇ ਤਾਂ ਭਾਜੀ ਹੱਦੋਂ ਹੀ ਲਾਂਤ ਹੋ ਜਾਂਦੀ ਨਾ ਇੰਡੀਅਨ ਅੰਬੈਸੀ ਮੈਂ ਦੇਖਿਆ ਮੁੰਡੇ ਨੇ ਫਰਾਈਡੇ ਨੇ ਗੱਲ ਕੀਤੀ ਸੀ ਇੱਕ ਮੁੰਡੇ ਨੇ ਹਾਂਜੀ ਤਾਂ ਕਹਿੰਦਾ ਉੱਥੇ ਤਾਂ ਭਾਜੀ ਸਾਡੇ ਪੰਜਾਬੀਆਂ ਨਾਲ ਬਹੁਤ ਧੱਕਾ ਹੁੰਦਾ ਹਾਂਜੀ ਭਾਜੀ ਪਤਾ ਕੀ ਅਸੀਂ ਹੈ ਨਾ ਇੱਥੇ ਮੈਂ ਕਹਿੰਦਾ ਵੀ ਉਹ ਲੋਕੀ ਹੈ ਨਾ ਕੋਈ ਕੁੱਤੇ ਨੂੰ ਆਵਾਜ਼ ਮਾਰ ਦੋ ਵੀ ਬੜੀ ਰਿਸਪੈਕਟ ਨਾਲ ਮਾਰਦੇ ਟੋਮੀ ਕਮ ਆਨ ਉੱਥੇ ਹੈ ਨਾ ਉਹ ਏਡੇ ਪਤਾ ਨੀ ਕਿਸ ਹੈ ਨਾ ਪਤਾ ਨੀ ਕਿਸ ਤਰ੍ਹਾਂ ਦੇ ਇਨਸਾਨ ਉਹ ਪੈਦਾ ਹੋਏ ਆ ਉਹਨਾਂ ਦੇ ਅੰਦਰ ਕੋਈ ਇਨਸਾਨੀਅਤ ਹੀ ਨਹੀਂ ਹੈ ਸ਼ੋਅ ਤੇ ਥੋੜਾ ਜਿਹਾ ਲੱਕੇ ਲਵਾਂਗਾ ਮੈਂ ਵੀ ਕਿ ਤੁਸੀਂ ਬੰਦੇ ਬੰਦਿਆਂ ਨੂੰ ਬੰਦੇ ਕਿਉਂ ਨਹੀਂ ਸਮਝਦੇ ਰਿਸਪੈਕਟ ਕਰ ਕੰਮ ਕਰਨਾ ਕਰੋ ਨਾ ਸਹੀ ਕਿਸੇ ਦਾ ਪਰ ਬੰਦੇ ਨੂੰ ਇੱਜ਼ਤ ਮਾਨ ਤਾਂ ਦਿਓ ਬਾਕੀ ਬਾਕੀ ਉਹਨਾਂ ਨੂੰ ਪਤਾ ਭਾਜੀ ਕਿ ਆਪਣੇ ਬੰਦਿਆਂ ਨੂੰ ਹੁਣ ਵਿਚਾਰੇ ਆਏ ਆ ਉਸ ਟਾਈਮ ਪਹਿਲਾਂ ਦੇ ਜਾਂ ਜਿਹੜੇ ਆਏ ਉਹਨਾਂ ਨੂੰ ਵਿਚਾਰੇ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਬੇਕੂਫਾਂ ਨੇ ਇੰਗਲਿਸ਼ ਹੀ ਬੋਲਣੀ ਤਾਂ ਕਿ ਇਹਨਾਂ ਨੂੰ ਸਮਝ ਹੀ ਨਾ ਲੱਗੇ ਕਿ ਕੀ ਕਹਿ ਰਹੇ ਹਾਂ ਉਹ ਅੱਗੇ ਸਾਡੇ ਹੱਥ ਤੰਗ ਆ ਹਾਂਜੀ ਅੰਗਰੇਜ਼ੀ ਆਉਂਦੀ ਹੁੰਦੀ ਤਾਂ ਅਸੀਂ ਇੱਥੇ ਕਾਹਨੂੰ ਨਾ ਠੰਨਾ ਸੀਗਾ ਜੀ ਜੀ ਤਾਂ ਦੂਸਰਾ ਭਾਜੀ ਅੱਜ ਜਿਹੜੇ ਤੁਹਾਡੇ ਨਾਲ ਹੈ ਨਾ ਭਾਜੀ ਆਏ ਆਪਣੇ ਸੰਤੋਖ ਸਿੰਘ ਢੇਸੀ ਹੈ ਨਾ ਇਹ ਬੜੇ ਹੈ ਨਾ ਮੈਂ ਇਹਨਾਂ ਕਹਿੰਦਾ ਵੀ ਝੁੱਕ ਕੇ ਸਲਾਮ ਕਰਾਂਗਾ ਇਹਨਾਂ ਦੀ ਸੋਚਣੀ ਨੂੰ ਜਿਨ੍ਹਾਂ ਨੇ ਆਪਣੀ ਬੇਟੀ ਹੋਣ ਤੇ ਇੰਨੀ ਖੁਸ਼ੀ ਮਹਿਸੂਸ ਕੀਤੀ ਓਏ ਭਾਜੀ ਦੇਖੋ ਅੱਜ ਹੈ ਨਾ ਅਸੀਂ ਪੇਟ ਦੇ ਅੰਦਰ ਆਪਣੀਆਂ ਹੈ ਨਾ ਮਤਲਬ ਜਿਹੜੀਆਂ ਬੱਚੀਆਂ ਉੱਥੇ ਹੈ ਨਾ ਮਾਰੀ ਜਾਂਦੇ ਹਾਂ ਡਾਕਟਰਾਂ ਨੂੰ ਪੈਸੇ ਦੇ ਕੇ ਕਿ ਇਹਨਾਂ ਨੂੰ ਖਤਮ ਕਰੋ ਹੈ ਨਾ ਬਾਹਰ ਇਸ ਦੁਨੀਆ ਚ ਨਾ ਪੈਸੇ ਦੇ ਕੇ ਔਲਾਦ ਨੂੰ ਮਾਰ ਰਹੇ ਹਾਂ ਕਿੰਨੀ ਹੈ ਘਟੀਆ ਗੱਲ ਹਾਂਜੀ ਅਸੀਂ ਧਰਮਰਾਜ ਆਪ ਹੀ ਬਣੇ ਹੋਏ ਹਾਂ ਭਾਜੀ ਜਿੱਦਾਂ ਅਸੀਂ ਤਾਂ ਬਿਲਕੁਲ ਬੇਡਰ ਹੋ ਕੇ ਰੱਬ ਤੋਂ ਬੈਠੇ ਹਾਂ ਕਿ ਸਾਨੂੰ ਕੀ ਆ ਰੱਬ ਤਾਂ ਨਿਆਣਾ ਆ ਉਹਨੂੰ ਲੋਲੀਪੋਪ ਦੇ ਕੇ ਪਤਿਆ ਲਾਂਗੇ ਤੇ ਅਮਰ ਪੁੱਤ ਉਹਨੂੰ ਪੁੱਤ ਬਣਾਇਆ ਅਸੀਂ ਹੈ ਚਲੋ ਅਸੀਂ ਯਾਰ ਪੁੱਠੇ ਕੰਮਾਂ ਚ ਪੈ ਗਏ ਅਸੀਂ ਭਾਜੀ ਜਦ ਇਦਾਂ ਦੇ ਕੰਮ ਕਰਾਂਗੇ ਤਾਂ ਫਿਰ ਤੁਸੀਂ ਸੋਚ ਲਓ ਫਿਰ ਕਦੋਂ ਸੁੱਖ ਪੈਣਗੇ ਸੁੱਖ ਮਿਲਣੇ ਸਾਨੂੰ ਸੁੱਖ ਭੁੱਲ ਜਾਈਏ ਸਾਨੂੰ ਦੁੱਖ ਹੀ ਦੁੱਖ ਮਿਲਣੇ ਦੁੱਖ ਹੀ ਮਿਲਣੇ ਆ ਤੇ ਸਾਡੇ ਗਾਹਾਂ ਨਿਆਣੇ ਜਿਹੜੇ ਹੈਗੇ ਉਹ ਸਾਡੇ ਬਾਰੇ ਕੀ ਸੋਚੂਗੇ ਉਹਨਾਂ ਤੇ ਕੀ ਪ੍ਰਭਾਵ ਪੈਂਦਾ ਭਾਜੀ ਮੈਂ ਇਸੇ ਕਰਕੇ ਮੈਂ ਹੁਣ ਜਿਹੜੇ ਇੱਥੇ ਦੇ ਬੱਚੇ ਨੇ ਮੈਂ ਉਹਨਾਂ ਨੂੰ ਪਸੰਦ ਕਰਨਾ ਕਿਉਂਕਿ ਉਹ ਇੱਥੇ ਪੈਦਾ ਹੋਏ ਨੇ ਉਹ ਇੱਥੇ ਹੈ ਨਾ ਆਪਣੇ ਗਰੋ ਅਪ ਹੋਏ ਆ ਉਹ ਹੈ ਨਾ ਹਮੇਸ਼ਾ ਉਹ ਕਹਿੰਦੇ ਅਸੀਂ ਨਹੀਂ ਆਪਣੀ ਜਿਹੜੀ ਆਪਣੀ ਜਿਹੜੀ ਸਾਡੀ ਹੈ ਨਾ ਟਰੂ ਥਿੰਕ ਹੈਗੀ ਅਸੀਂ ਨਹੀਂ ਚੇਂਜ ਕਰਨੀ ਤੁਸੀਂ ਜਿੰਨੀਆਂ ਮਰਜ਼ੀ ਚਵਲਾ ਮਾਰੀ ਜਾਓ ਪਰ ਆਪਾਂ ਨੀ ਹਾਂ ਭਰਨੀ ਤੇ ਅਸੀਂ ਕਹਿੰਦੇ ਬੱਚੇ ਜਵਾਬ ਦਿੰਦੇ ਬੱਚੇ ਜਵਾਬ ਹੀ ਦਿੰਦੇ ਭਾਜੀ ਉਹ ਨਹੀਂ ਲਾਈਕ ਕਰਦੇ ਦੇ ਡੋਨਟ ਲਾਈਕ ਦੱਜੀ ਥਿੰਗ ਯੂ ਨੋ ਪੈਂਤਰੇਬਾਜ਼ ਨਹੀਂ ਲਾਈਕ ਕਰਦੇ ਜਿਹੜੇ ਬੇਈਮਾਨੀਆਂ ਉਹ ਨਹੀਂ ਲਾਈਕ ਕਰਦੇ ਇੱਥੇ ਦੇ ਬੱਚੇ ਸਭ ਨਾਲ ਵਧੀਆ ਸਿੱਧੀ ਗੱਲ ਕਰਦੇ ਮੂੰਹ ਤੇ ਕਰਦੇ ਆ ਉਹਨਾਂ ਨੂੰ ਨਹੀਂ ਕੇਅਰ ਕਿ ਤੁਸੀਂ ਸ਼ਰਮਿੰਦਾ ਹੋ ਜਾਓ ਜਾਂ ਨਾ ਹੋ ਜੋ ਦਰਅਸਲ ਸ਼ਰਮਿੰਦਾ ਤਾਂ ਬੰਦੇ ਨੂੰ ਕਰਨਾ ਜਿਹੜਾ ਗੱਲ ਪੁੱਠੀ ਕਹਿ ਰਿਹਾ ਉਹਨੂੰ ਹੋਣਾ ਚਾਹੀਦਾ ਤੇ ਉਹ ਇਹਦੇ ਵਿੱਚ ਆ ਕਿ ਇੱਥੇ ਦੇ ਬੱਚੇ ਬਹੁਤ ਵਧੀਆ ਆ ਪਰ ਇਹਨਾਂ ਜਿੱਦਾਂ ਅਸੀਂ ਕਰਦੇ ਨਾ ਪੈਂਤਰੇ ਮਾਰਦੇ ਇਹ ਏਦਾਂ ਪਸੰਦ ਨਹੀਂ ਕਰਦੇ ਇੰਡੀਆ ਸਟਾਈਲ ਤੇ ਸਾਡੇ ਭਾਈ ਹੁਣ ਸਾਡੇ ਜਿਹੜੇ ਹੁਣ ਆਏ ਉਧਰੋਂ ਆਏ ਜਾਂ ਪੁਰਾਣੇ ਬਜ਼ੁਰਗ ਆ ਉਹ ਹਨਾ ਕਹਿੰਦੇ ਚਤੁਰ ਚਲਾਕ ਬੰਦੇ ਹੈਗੇ ਆ ਕਿ ਅਸੀਂ ਝੂਠ ਵੀ ਮਾਰ ਲਈਏ ਤੇ ਬੱਚੇ ਸਿਰ ਵੀ ਅੱਗੋਂ ਨਹੀਂ ਮਾਰ ਜਨੋ ਅਸੀਂ ਮਿੰਨਾ ਸੱਦ ਲਈਦਾ ਪੰਜਾਬੀ ਹਾਂਜੀ ਹਾਂ ਨਹੀਂ ਮਿੰਨਾ ਨਹੀਂ ਭਾਜੀ ਸਾਰਾ ਕੁਝ ਹੀ ਪਤਾ ਹੈ ਉਹ ਉਦਾਂ ਹੀ ਜਾਣ ਕਹਿੰਦੇ ਸਾਨੂੰ ਇੰਗਲਿਸ਼ ਨਾ ਪੇਪਰ ਦਾ ਨਹੀਂ ਪਤਾ ਕੀ ਪਤਾ ਹੁੰਦਾ ਉਹ ਸਾਰਾ ਦੇਲੀ ਵਿਖਾਣਾ ਹੁੰਦਾ ਨਿਆਣੇ ਨੂੰ ਕਰਨਾ ਪਤਾ ਸੋਸ਼ਲ ਸਿਕਿਉਰਿਟੀ ਤੇ ਜਾ ਕੇ ਕਿੱਦਾਂ ਕਰੀਦਾ ਹਾਂਜੀ ਹਾਂ ਪੈਸੇ ਲੈਣਾ ਪਤਾ ਉਹਨਾਂ ਨੂੰ ਸਾਰਾ ਕੁਝ ਪਤਾ ਉਹਨਾਂ ਨੂੰ ਤੇ ਨਿਆਣਿਆਂ ਨੂੰ ਉਹ ਪੇਪਰ ਵਿਖਾਣਗੇ ਤਾਂ ਬਿੱਲ ਆਇਆ ਘਰ ਗੈਸ ਦਾ ਜਾਂ ਬਿਜਲੀ ਦਾ ਉੱਥੇ ਪਤਾ ਨਾ ਪੈਸੇ ਦੇਣੇ ਪੈਣੇ ਆ ਉਹ ਨਿਆਣਿਆਂ ਨੂੰ
ਪਾਪ ਕਾਕੇ ਦੇਖੀ ਕੀ ਲਿਖਿਆ ਆਪਣੇ ਜਿਹੜੇ ਸੋਹਲ ਸਕਿਉਰਿਟੀ ਦੇ ਕਾਗਜ਼ ਉਹ ਬੜੇ ਤਹਿਨ ਲਕੋ ਕੇ ਉੱਥੇ ਜਿੱਥੇ ਜਰਾਬਾਂ ਸਮਾਏ ਜਾਂਦੀਆਂ ਤਾਂ ਕਿ ਨਿਆਣੇ ਜਾਣ ਕਾਪੀ ਤੇ ਭਾਜੀ ਮਾਈਆਂ ਬੁੱਢੇ ਕਦੀ ਨਹੀਂ ਦਿਖਾਉਂਦੇ ਆਪਣੇ ਨਿਆਣਿਆਂ ਨੂੰ ਵੀ ਕਿੱਥੋਂ ਕਾਪੀ ਕਾਪੀ ਤੇ ਸੌਂਕ ਹੁੰਦਾ ਕਾਪੀ ਦੀ ਤਾਂ ਕਾਪੀ ਹੁੰਦੀ ਕੀ ਆ ਸਾਡੀ ਕੋਈ ਕਾਪੀਆਂ ਕੁਪੀਆਂ ਉਹਨਾਂ ਨੇ ਕਹਿਣਾ ਸਾਨੂੰ ਨਹੀਂ ਪਤਾ ਅਸੀਂ ਤਾਂ ਸਾਨੂੰ ਨਹੀਂ ਮਿਲਦੇ ਤਾਂ ਭਾਜੀ ਬਹੁਤ ਮਿਹਰਬਾਨੀ ਆ ਬਹੁਤ ਮਿਹਰਬਾਨੀ ਤੁਹਾਡੀ ਭਾਈ ਤੁਹਾਡੇ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਥੈਂਕ ਯੂ ਭਾਜੀ ਤੇ ਹੁਣ ਅਸੀਂ ਜਾਂਦੇ ਆ ਬ੍ਰੇਕ ਵੱਲ ਹਾਂਜੀ ਤੇ ਬਾਕੀ ਦੇ ਫੋਨ ਲਾਈਨ ਲੈਣਾ ਲੈਣੇ ਅਸੀਂ ਬ੍ਰੇਕ ਤੋਂ ਬਾਅਦ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਆਪਣਾ ਸਾਡਾ ਯੂ ਫੋਨ ਕਰੋ ਸਾਡੇ ਨਾਲ ਭਾਗ ਲਓ ਇਸ ਟੌਪਿਕ ਵਿੱਚ ਤੇ ਮਿਲਦੇ ਬ੍ਰੇਕ ਤੋਂ ਬਾਅਦ ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ੍ਹ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ